ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਅੱਜ ਵੀ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਖਡੂਰ ਸਾਹਿਬ ਜ਼ਿਮਨੀ ਚੋਣ ਦੀ, ਜਿਸ 'ਚ ਅਕਾਲੀ ਦਲ ਦੇ ਉਮੀਦਵਾਰ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਕੀ ਇਸ ਜਿੱਤ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਨਵੀਂ ਤਾਕਤ ਮਿਲੀ ਹੈ? ਇਹ ਮਸਲਾ ਆਪਾਂ ਅੱਜ ਵਿਚਾਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਰੋਜ਼ ਵਾਂਗੂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ, ਹੈਲੋ ਗਲੋਬਲ ਪੰਜਾਬ ਸ਼ੋਅ ਨੂੰ, ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ, ਯਾਨੀ ਨਿਊਯਾਰਕ ਟੋਰੋਂਟੋ ਟਾਈਮ ਮੁਤਾਬਿਕ, ਸ਼ਾਮੀ 8:00 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਲਾਈਵ ਸ਼ੋਅ ਭਾਰਤੀ ਸਮੇਂ ਅਨੁਸਾਰ 7 ਤੋਂ 8 ਵਜੇ ਹੁੰਦਾ। ਹੁਣ ਆਉਂਦੇ ਹਾਂ ਅੱਜ ਦੇ ਮਸਲੇ 'ਤੇ। 2 ਦਿਨ ਪਹਿਲਾਂ ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜੇ ਆਏ ਨੇ, ਜਿਸ 'ਚ ਆਸ ਮੁਤਾਬਕ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੇ ਜਿੱਤ ਹਾਸਿਲ ਕੀਤੀ ਹੈ। ਲੇਕਿਨ 2 ਤਰੀਕਿਆਂ ਨਾਲ ਅਕਾਲੀ ਦਲ ਦੇ ਜੇਤੂ ਉਮੀਦਵਾਰ ਨੇ ਕੁਝ ਸਿਆਸੀ ਮਾਹਰਾਂ ਨੂੰ ਗਲਤ ਸਾਬਤ ਕਰ ਦਿੱਤਾ। ਪਹਿਲਾਂ, ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਨਹੀਂ ਖੜ੍ਹੇ ਕੀਤੇ ਸਨ, ਆਸ ਜਿਤਾਈ ਜਾ ਰਹੀ ਸੀ ਕਿ ਸ਼ਾਇਦ ਵੋਟਾਂ ਬਹੁਤ ਘੱਟ ਪੈਣਗੀਆਂ, ਪਰ ਕਰੀਬ 58% ਖਡੂਰ ਸਾਹਿਬ ਜ਼ਿਮਨੀ ਚੋਣ ਦੇ ਵਿੱਚ ਵੋਟਿੰਗ ਹੋਈ। 58% ਵੋਟਿੰਗ ਨੇ ਇਸ ਚੀਜ਼ ਨੂੰ ਗਲਤ ਇੱਕ ਤਰੀਕੇ ਨਾਲ ਸਾਬਤ ਕਰ ਦਿੱਤਾ ਵਾ। ਹਾਂ, 2012 ਦੇ ਵਿੱਚ ਬਹੁਤ ਜ਼ਿਆਦਾ ਵੋਟਿੰਗ ਹੋਈ ਸੀ, ਆਲਮੋਸਟ 78-80% ਵੋਟਿੰਗ ਹੋਈ ਸੀ, ਪਰ ਫਿਰ ਵੀ 58% ਵੀ ਕਾਫੀ ਵੋਟਾਂ ਹੁੰਦੀਆਂ। ਦੂਸਰਾ, ਜੇਤੂ ਉਮੀਦਵਾਰ ਨੂੰ ਕਰੀਬ 83,000 ਵੋਟਾਂ ਪਈਆਂ ਅਤੇ ਉਸਦੇ ਜਿੱਤਣ ਦਾ ਮਾਰਜਨ ਵੀ ਕਰੀਬ 65,000 ਦੇ ਕਰੀਬ ਸੀ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਨਾਲ ਲੜਨ ਦਾ ਫੈਸਲਾ ਕੀਤਾ ਸੀ, ਉਹਨਾਂ ਕੋਈ ਕੈਂਡੀਡੇਟ ਨਹੀਂ ਖੜ੍ਹਾ ਕੀਤਾ ਸੀ। ਅਖੀਰ ਕਾਂਗਰਸ ਨੇ ਵੀ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ। ਇੱਥੋਂ ਕਾਂਗਰਸ ਦੇ ਜਿਹੜੇ ਪਿਛਲੀ ਇਲੈਕਸ਼ਨ 'ਚ ਜੇਤੂ MLA ਸਨ, ਸਿੱਖੀ, ਰਮਨਜੀਤ ਸਿੱਖੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਕਿਆਂ ਨੂੰ ਲੈ ਕੇ ਰੋਸ ਵਜੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਪਹਿਲਾਂ ਲੱਗ ਰਿਹਾ ਸੀ ਕਿ ਉਹ ਹੀ ਇਲੈਕਸ਼ਨ ਦੁਬਾਰਾ ਲੜਨਗੇ, ਪਰ ਇਨਫੈਕਟ ਉਹਨਾਂ ਨੇ ਬਾਅਦ 'ਚ ਫੈਸਲਾ ਕੀਤਾ, ਕਾਂਗਰਸ ਨੇ ਫੈਸਲਾ ਕੀਤਾ ਕਿ ਕਾਂਗਰਸ ਇਹ ਵੀ ਸੀਟ ਨਹੀਂ ਲੜੇਗੀ। ਪਹਿਲਾਂ ਲੱਗ ਰਿਹਾ ਸੀ ਕਿ ਜਿਹੜਾ ਸਾਬਕਾ ਜਿਹੜਾ ਆਪ ਦਾ ਮੈਂਬਰ ਆ ਭਾਈ ਬਲਦੀਪ ਸਿੰਘ, ਜੋ ਬਤੌਰ ਆਜ਼ਾਦ ਉਮੀਦਵਾਰ ਖੜ੍ਹੇ ਸਨ, ਕਿ ਉਹ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੰਗਾ ਮੁਕਾਬਲਾ ਦੇਣਗੇ, ਪਰ ਉਹਨਾਂ ਦੇ ਨਾਮਜ਼ਦਗੀ ਦੇ ਜਿਹੜੇ ਪੇਪਰ ਆ ਉਹ ਰੱਦ ਹੋ ਗਏ ਸਨ। ਉਹਨਾਂ ਨੇ ਅਪੀਲ ਕੀਤੀ ਇਲੈਕਸ਼ਨ ਕਮਿਸ਼ਨ ਨੂੰ। ਸੋ ਇੱਕ ਤਰੀਕੇ ਨਾਲ ਅਕਾਲੀ ਉਮੀਦਵਾਰ ਦਾ ਕੋਈ ਵੀ ਮੁਕਾਬਲਾ ਨਹੀਂ ਸੀ, ਭਾਵੇਂ ਅਕਾਲੀ ਉਮੀਦਵਾਰ ਦਾ ਕੋਈ ਮੁਕਾਬਲਾ ਨਹੀਂ ਸੀ, ਫਿਰ ਵੀ ਅਕਾਲੀ ਉਮੀਦਵਾਰ ਨੂੰ ਬਹੁਤ ਵੋਟਾਂ ਪਈਆਂ। 83,000 ਵੋਟ ਜਿਹੜੀ ਆ ਕਾਫੀ ਵੋਟ ਹੁੰਦੀ ਹੈ। ਕੀ ਇਹਨਾਂ ਵੋਟਾਂ ਕਰਕੇ ਅਕਾਲੀ ਭਾਜਪਾ ਗੱਠਜੋੜ ਨੂੰ ਇੱਕ ਨਵੀਂ ਤਾਕਤ ਮਿਲੂਗੀ? ਕੀ ਅਕਾਲੀ ਦਲ ਦੀ ਜਿਹੜੀ ਪੰਥਕ ਵੋਟ ਹੈ, ਵੈਸੇ ਵੀ ਇਹ ਪੰਥਕ ਸੀਟ ਮੰਨੀ ਜਾਂਦੀ ਹੈ ਖਡੂਰ ਸਾਹਿਬ, ਕੀ ਅਕਾਲੀ ਦਲ ਦੀ ਜਿਹੜੀ ਪੰਥਕ ਵੋਟ ਆ ਉਹ ਹਾਲੇ ਵੀ ਕਾਇਮ ਆ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਹਾਂ। ਇੱਕ ਕਾਲਰ ਸਾਡੇ ਨਾਲ ਆਲਰੇਡੀ ਜੁੜ ਗਿਆ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲੋਸ ਏਂਜਲਸ। ਹਾਂਜੀ ਹਾਂਜੀ, ਸ਼ਮਸ਼ੇਰ ਸਿੰਘ ਜੀ, ਦੱਸੋ ਤੁਹਾਡਾ ਕੀ ਵਿਚਾਰ ਹੈ? ਆਪਾਂ ਖਡੂਰ ਸਾਹਿਬ ਦੀ ਗੱਲ ਕਰ ਰਹੇ ਹਾਂ। ਖਡੂਰ ਸਾਹਿਬ ਬਾਰੇ ਮੇਰੇ ਜਿਹੜੇ ਵਿਚਾਰ ਨੇ ਇਹ ਨੇ ਜੀ, ਪਹਿਲੀ ਗੱਲ ਤਾਂ ਇਹ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਰਾਜ ਕਰਦੀ ਪਾਰਟੀ ਹੀ ਜ਼ਿਮਨੀ ਚੋਣਾਂ ਜਿੱਤੇ। ਜੀ ਜੀ, ਜਦ ਰਾਜ ਕਰਦੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸੁਲਝਾ ਸਕੇ ਜੀ, ਜਾਂ ਲੋਕਾਂ ਦੇ ਆਸ ਮੁਤਾਬਕ ਨਾ ਕੰਮ ਕਰੇ ਜੀ, ਤਾਂ ਜ਼ਿਮਨੀ ਚੋਣਾਂ ਵਿੱਚ ਲੋਕ ਉਸਨੂੰ ਹਰਾ ਦਿੰਦੇ ਨੇ ਜੀ। ਇਕੱਲੇ ਹਰਾਉਂਦੇ ਹੀ ਨਹੀਂ, ਸਗੋਂ ਆਉਣ ਵਾਲੀਆਂ ਚੋਣਾਂ ਦਾ ਮੁੱਢ ਵੀ ਬੰਨ ਦਿੰਦੇ ਨੇ, ਨਕਸ਼ਾ ਵੀ ਪੇਸ਼ ਕਰ ਦਿੰਦੇ ਨੇ। ਇਹ ਵੈਸੇ ਹੁੰਦਾ ਤੇ ਘੱਟ ਹੀ ਆ, ਪਰ ਜਦੋਂ ਥੋੜੇ ਮਹੀਨੇ ਰਹਿ ਜਾਣ ਉਦੋਂ ਹੋ ਹੀ ਜਾਂਦਾ। ਹਾਂਜੀ, ਗਿੱਦੜਬਾਹਾ
ਅਜਨਾਲਾ, ਆਦਮਪੁਰ, ਇਹਨਾਂ ਸੀਟਾਂ 'ਚ ਆਪੋਜੀਸ਼ਨ ਨੇ ਜ਼ਿਮਨੀ ਚੋਣ ਜਿੱਤ ਕੇ ਇੱਕ ਨਵਾਂ ਨਕਸ਼ਾ ਪੈਦਾ ਕਰ ਦਿੱਤਾ ਸੀ। ਠੀਕ ਹੈ ਜੀ। ਸੋ ਇਉਂ ਲੱਗਦਾ ਵੀ ਕਾਂਗਰਸ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਉਹ ਆਉਂਦੀਆਂ 17 ਦੀਆਂ ਚੋਣਾਂ ਵਿੱਚ ਮਹਿੰਗਾ ਪਊ। ਅੱਜ ਕੱਲ੍ਹ ਪੰਜਾਬ ਦੀਆਂ ਸੱਥਾਂ 'ਚ ਇਹਨਾਂ ਦੋਨਾਂ ਪਾਰਟੀਆਂ ਨੂੰ 22% ਹੀ ਕਹਿੰਦੇ ਨੇ। ਓਕੇ ਓਕੇ। 22% ਦਾ ਮਤਲਬ ਇਹ ਕਿ 58% ਪੋਲ ਹੋਈ ਆ। ਜੇ ਦੋਨੇ ਪਾਰਟੀਆਂ ਬਾਈਕਾਟ ਨਾ ਕਰਦੀਆਂ ਤਾਂ 22% ਵੋਟਾਂ ਹੋਰ ਜੋੜ ਕੇ 80% ਵੋਟਾਂ ਪੋਲ ਹੋਣੀਆਂ, ਅਤੇ ਹੁਣ ਇਹਨਾਂ ਦੀਆਂ 22% ਦੇ ਚਾਹੇ 11-11 ਮੜ ਲੈਣ ਚਾਹੇ 10-12 ਦੀ ਰੈਸੋ ਕਰ ਲੈਣ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਮਿਹਰਬਾਨੀ। ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਭਾਈ ਸਾਹਿਬ, ਕੁਝ ਲੋਕ ਕਹਿ ਰਹੇ ਆ ਕਿ ਅਸਲੀ ਵੋਟਿੰਗ ਜਿਹੜੀ ਆ ਪਾਰਟੀ ਨੂੰ ਕਰੀਬ 35-40% ਪਈ ਆ, ਔਰ ਬਾਕੀ ਇਹਨਾਂ ਨੇ ਬਾਹਰੋਂ ਲਿਆ ਕੇ ਵੋਟਾਂ ਵਾਟਾਂ ਪਵਾ ਲਈਆਂ। ਤੁਹਾਨੂੰ ਇਹ ਲੱਗਦਾ ਇਹਦੇ 'ਚ ਕੁਝ ਦਮ ਹੋ ਸਕਦਾ ਇਸ ਗੱਲ 'ਚ? ਅੱਛਾ, ਸ਼ਾਇਦ ਉਹਨਾਂ ਦੀ ਕੌਲ ਹੀ ਜਿਹੜੀ ਆ ਉਹ ਕੱਟ ਗਈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਘੁੰਮਣ ਸਾਹਿਬ ਤੁਹਾਡਾ ਦੱਸੋ ਕੀ ਵਿਚਾਰ ਹੈ ਇਹਦੇ ਬਾਰੇ, ਆਪਾਂ ਜ਼ਿਮਨੀ ਚੋਣ ਦੀ ਗੱਲ ਕਰ ਰਹੇ ਹਾਂ। ਵਿਚਾਰ ਇਹ ਆ, ਪਹਿਲੀ ਤੇ ਜੇ ਉਹਨਾਂ ਬਾਈਕਾਟ ਕੀਤਾ ਹੀ ਸੀ, ਛੱਡ ਕੇ ਨਾਟੀ ਗਈ ਜੀ, ਤੇ ਉੱਥੇ ਮਹਾਰਾਜ ਦੀ ਕੁਛ ਇਲਾਕੇ ਬਿਰਦੀ ਹੋਈ ਸੀ, ਉਹਨਾਂ ਨੂੰ ਇਹਦੇ ਘਰ ਘਰ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਸੀ ਵੀ ਮਹਾਰਾਜ ਬਿਰਦੀ ਹੋਈ ਆ, ਇਹਨਾਂ ਨੂੰ ਵੋਟਾਂ ਨਾ ਪਾਓ ਜੀ। ਜੇ ਆਪਣੇ ਲੋਕਾਂ ਨੂੰ ਥੋੜਾ ਜਿਹਾ ਤਰਸਾਉਣਾ ਚਾਹੀਦਾ, ਸਾਡੇ ਸੱਚੇ ਪਾਤਸ਼ਾਹ ਦੀ ਇੰਨੀ ਬੇਇੱਜ਼ਤੀ ਹੋਈ ਆ, ਅਸੀਂ ਇਹਨਾਂ ਦੁਸ਼ਟਾਂ ਨੂੰ ਫਿਰ ਵੋਟਾਂ ਪਾਉਣ ਡਏ ਹਾਂ। ਇਹ ਮੈਂ ਤੋਂ ਦੱਸਾਂ, ਇਹ ਆਪਣੀ ਕੌਮ ਨਹੀਂ ਸਮਝ ਸਕਦੀ। ਉਹਨਾਂ ਬੜੀ ਵੱਡੀ ਗਲਤੀ ਕੀਤੀ ਕਿ ਛੱਡ ਕੇ ਮੈਦਾਨ ਭੱਜ ਗਏ। ਇਹਨਾਂ ਸਰਕਾਰਾਂ ਵਾਲੀਆਂ ਵੋਟਾਂ ਹੀ ਜਿੱਤ ਜਾਣੀਆਂ, ਉਹਦੇ ਟਾਈਮ ਹੀ ਉੱਥੇ ਦੱਸੂਗਾ। ਬਾਕੀ ਤੁਹਾਨੂੰ ਪਤਾ ਉਹਨਾਂ ਦੀ ਆਪਣੀ ਸਰਕਾਰ ਆ, ਆਪਣਾ SDM SDM ਦੇਖੋ ਕਿੱਡਾ ਖੁਸ਼ ਆ, ਉਹਦੇ ਨਾਲ ਫੋਟੋਆਂ ਖਿਚਾਉਣ ਡਿਆ ਖੜਾ ਹੋ ਕੇ, ਉਹਨਾਂ ਨੂੰ ਤਾਰੀਫ ਕਰਨ ਦੇ ਬੜੇ ਵਧੀਆ ਬੰਦੇ ਆ। ਤੇ ਜੋ ਗੌਰਮੈਂਟ ਹੀ ਉਹਨਾਂ ਦੇ ਉੱਤੇ ਕੀ ਕਰ ਸਕਦੇ ਹੋ ਤੁਸੀਂ, ਚੱਲ ਵਧੀਆ ਬੜੀ ਜ਼ਰੂਰੀ ਆ। ਜੇ ਉਹ ਛੱਡਿਆ ਸੀ ਉਹਨਾਂ ਦੀ, ਇਹਨਾਂ ਨੂੰ ਪ੍ਰਚਾਰ ਪਿੰਡ ਜਾ ਕਰਨਾ ਚਾਹੀਦਾ ਵੀ ਵੋਟਾਂ ਦਾ ਬਾਈਕਾਟ ਕਰੋ, ਤੇ ਇਹਨਾਂ ਨੂੰ ਪਤਾ ਲੱਗਦਾ ਵੋਟ ਕਿੱਦਾਂ ਪੈਂਦੀ ਆ, ਉਹਨਾਂ ਫਿਰ ਵੋਟਾਂ ਉਹਨਾਂ ਦੀ ਪਾ ਕੇ ਉਹਨਾਂ ਨੂੰ ਕੀ ਫਰਕ ਪੈਂਦਾ। ਥੈਂਕ ਯੂ ਸੋ ਮਚ। ਮਿਹਰਬਾਨੀ ਮਿਹਰਬਾਨੀ। ਘੁੰਮਣ ਸਾਹਿਬ ਨੇ ਬੜਾ ਇੰਟਰਸਟਿੰਗ ਵਿਚਾਰ ਦਿੱਤਾ ਵਾ ਕਿ ਇਹ ਜਿਹੜੀਆਂ ਪਾਰਟੀਆਂ ਚੋਣ ਦਾ ਬਾਈਕਾਟ ਕਰ ਰਹੀਆਂ ਸਨ ਜਾਂ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ ਸੀ, ਇਹਨਾਂ ਨੂੰ ਚਾਹੀਦਾ ਇਹ ਸੀ ਵੀ ਘਰ ਘਰ ਜਾ ਕੇ ਪ੍ਰਚਾਰ ਕਰਦੇ ਵੀ ਆਹ ਮਸਲਾ ਸੀ ਜਿਹਦੇ ਕਰਕੇ ਇਹ ਕਾਂਗਰਸ ਦੇ ਉਮੀਦਵਾਰ ਨੇ ਇਹ ਸੀਟ ਛੱਡੀ ਸੀ। ਸੋ ਲੋਕਾਂ ਨੂੰ ਕਹਿਣਾ ਚਾਹੀਦਾ ਸੀ ਵੀ ਜਾਂ ਤਾਂ ਤੁਸੀਂ ਵੋਟ ਨਾ ਪਾਓ, ਔਰ ਜੇ ਤੁਸੀਂ ਵੋਟ ਪਾਉਣੀ ਆ ਤਾਂ ਨੋਟਾ ਜਿਹੜਾ ਵਾ ਨਨ ਆਫ ਦੀ ਅਬਵ ਉਹਦੇ 'ਤੇ ਆਪਣੀ ਜਿਹੜੀ ਆ ਉਹ ਮੋਹਰ ਲਾਓ। ਨੋਟਾਂ ਨੂੰ ਕੁਝ ਵੋਟਾਂ ਪਈਆਂ ਵਾ, 2-3 ਹਜ਼ਾਰ ਵੋਟ ਜ਼ਰੂਰ ਪਈ ਆ, ਲੇਕਿਨ ਜੇ ਕੋਸ਼ਿਸ਼ ਕਰਕੇ 20-25-30 ਹਜ਼ਾਰ ਵੋਟ ਨੋਟਾਂ ਨੂੰ ਪੈ ਜਾਂਦੀ ਤਾਂ ਉਹਦੇ ਨਾਲ ਇਹ ਲੱਗਣਾ ਸੀਗਾ ਕਿ ਵਾਕਈ ਲੋਕ ਜਿਹੜੇ ਆ ਉਹ, ਬਾਕੀ ਪਾਰਟੀਆਂ ਨਹੀਂ ਮੈਦਾਨ ਦੇ ਵਿੱਚ, ਪਰ ਲੋਕ ਜਿਹੜੇ ਆ ਉਹ ਸੱਤਾਧਰ ਪਾਰਟੀ ਨਾਲ ਨਾਰਾਜ਼ ਨੇ। ਸੋ ਇਹ ਉਹਦੇ ਨਾਲ ਜ਼ਾਹਿਰ ਹੋ ਸਕਦਾ ਸੀ, ਪਰ ਨੋਟਾਂ ਨੇ ਵੀ ਵੋਟਾਂ ਤੁਸੀਂ ਵੇਖਿਆ ਵੀ ਸਿਰਫ 2-3 ਹਜ਼ਾਰ ਵੋਟਾਂ ਹੀ ਪਈਆਂ। ਸੋ ਇੱਕ ਤਰੀਕੇ ਨਾਲ ਮੇਰੇ ਖਿਆਲ ਜਿਹੜੀ ਅਪੋਜੀਸ਼ਨ ਦੀ ਸਟ੍ਰੈਟਜੀ ਸੀ ਉਹ ਬਹੁਤ ਗਲਤ ਸਾਬਤ ਹੋਈ ਆ। ਪਹਿਲਾਂ ਤਾਂ ਇਲੈਕਸ਼ਨ ਨਾ ਲੜਨਾ, ਔਰ ਫਿਰ ਇਲੈਕਸ਼ਨ ਨਾ ਲੜਨ ਤੋਂ ਇਲਾਵਾ ਉੱਥੇ ਕੋਈ ਪ੍ਰਚਾਰ ਵੀ ਨਾ ਕਰਨਾ। ਮਤਲਬ ਇਹ ਵੀ ਨਹੀਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ, ਵੈਸੇ ਹਰ ਇਨਫੈਕਟ ਲੋਕਤੰਤਰ ਦੇ ਵਿੱਚ ਇਹ ਕਿਸੇ ਨੂੰ ਕਹਿਣਾ ਵੀ ਵੋਟਾਂ ਨਾ ਪਾਓ ਉਹ ਸ਼ਾਇਦ ਗਲਤ ਆ, ਲੇਕਿਨ ਨਨ ਆਫ ਦੀ ਅਬਵ ਜੇ ਨੋਟਾਂ ਦੀ ਪ੍ਰੋਵੀਜ਼ਨ ਸੀ ਤਾਂ ਨੋਟਾਂ ਦੀ ਪ੍ਰੋਵੀਜ਼ਨ ਵਾਸਤੇ ਲੋਕਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਸੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ ਜੀ, ਗੁੱਡ ਮਾਰਨਿੰਗ ਸਰ। ਹਾਂਜੀ, ਮਾਰਨਿੰਗ ਅਨੁਰਾਗ ਜੀ। ਸਰ ਆਈ ਜਸਟ ਕਾਲਡ ਜੀ, ਤੇ ਕਹਿੰਦੇ ਕਿ ਅੱਜ ਖਡੂਰ ਸਾਹਿਬ ਦੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਆਪਾਂ ਡਿਸਕਸ ਕਰ ਰਹੇ ਹਾਂ। ਜੀ ਜੀ, ਆਪਾਂ ਇਲੈਕਸ਼ਨ ਰਿਜ਼ਲਟ ਤੇ ਗੱਲ ਕਰ ਰਹੇ ਹਾਂ ਜੀ। ਜੀ ਸਰ,
ਜੋ ਇਲੈਕਸ਼ਨ ਦਾ ਰਿਜ਼ਲਟ ਹੈ ਉਹ ਤਾਂ ਐਕਚੁਅਲੀ ਪਹਿਲਾਂ ਹੀ ਡਿਸਾਈਡਡ ਸੀਗਾ ਕਿ ਰਿਜ਼ਲਟ ਆਉਣਾ ਕੀ ਹੈ ਜੀ, ਕਿਉਂਕਿ ਜਿਹੜੇ ਚੰਗੇ ਕੈਂਡੀਡੇਟ ਸੀਗੇ ਇੱਕ ਤਾਂ ਭਾਈ ਬਲਦੀਪ ਸਿੰਘ ਉਹਨਾਂ ਦਾ ਕੈਂਸਲ ਹੋ ਗਿਆ ਜੀ, ਤੇ ਆਪ ਤੇ ਕਾਂਗਰਸ ਖੜੀ ਹੋਣੀ ਤਾਂ ਉਹ ਤਾਂ ਵਨ ਸਾਈਡਡ ਗੇਮ ਸੀਗਾ ਤੇ ਜਿੱਤਣੇ ਉਹਨਾਂ ਨੇ ਸੀਗਾ ਤੇ ਉਸ 'ਚ ਤਾਂ ਕੋਈ ਆਈ ਥਿੰਕ ਦੂਸਰਾ ਅਕਾਲੀ ਦਲ ਉਮੀਦਵਾਰ ਨੂੰ 83,000 ਵੋਟ ਪੈਣੀ, ਤੁਹਾਨੂੰ ਨੀ ਲੱਗਦਾ ਬਹੁਤ ਮਾਇਨਾ ਰੱਖਦੀ ਹੈ? ਜੇ ਬੰਦਾ ਇੱਕ ਖੜਾ ਹੋਵੇ ਬਾਕੀ ਦੇ ਨਾਲ ਖੜੇ ਨਾ ਹੋਵੇ ਅਗੇਂਸਟ ਕਿਹਨੂੰ ਵੋਟ ਪੈਣੀ ਹੈ? ਤੇ ਫਰਦਰ ਮੋਰ ਬਾਈ ਇਲੈਕਸ਼ਨ ਦੇ ਵਿੱਚ ਆਈ ਥਿੰਕ ਮੈਜੋਰਟੀ ਆਫ ਦਾ ਚਾਂਸ ਜਿਹੜੇ ਰੂਲਿੰਗ ਪਾਰਟੀ ਨੂੰ ਹੀ ਵੋਟ ਪੈ ਜਾਂਦੀ ਹੈ ਮੈਜੋਰਟੀ ਦੇ ਵਿੱਚ ਹੈਗੇ ਹੈ। ਜੇ ਕਿਸੇ ਦੂਜੇ ਵੱਲੋਂ ਜਿਤਾ ਵੀ ਦਿੰਦੀ ਹੈ ਲੋਕਲ ਜਿਹੜੀ ਪਾਪੂਲੇਸ਼ਨ ਹੈ ਤਾਂ ਉਹਨਾਂ ਨੂੰ ਉਸ ਬੰਦੇ ਨੂੰ ਕੁਛ ਕੰਮ ਕਰਨ ਦੇਣਾ ਹੀ ਨਹੀਂ ਅਕਾਲੀਆਂ ਨੇ। ਅਨੁਰਾਗ ਦਾ ਖਿਆਲ ਹੈ ਕਿ 2017 ਦੀਆਂ ਚੋਣਾਂ 'ਤੇ ਇਹਦਾ ਕੋਈ ਅਸਰ ਨਹੀਂ ਪਊਗਾ, ਦੇਖਦੇ ਹਾਂ ਸਾਡੇ ਅਗਲੇ ਜਿਹੜੇ ਦਰਸ਼ਕ ਆ ਉਹ ਇਹਦੇ 'ਤੇ ਕੀ ਵਿਊ ਪੁਆਇੰਟ ਰੱਖਦੇ ਆ। ਹੈਲੋ ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੀ ਹਾਲ ਜੀ? ਮੈਂ ਬਜਿੱਤਰ ਸਿੰਘ ਬੋਲ ਰਿਹਾ ਜੀ, ਟਰਲਕ ਤੋਂ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਜਿੱਤਰ ਸਿੰਘ ਜੀ, ਦੱਸੋ ਤੁਸੀਂ ਤੁਹਾਡਾ ਕੀ ਇਹਦੇ ਬਾਰੇ ਵਿਊ ਪੁਆਇੰਟ ਹੈ? ਮੇਰਾ ਵਿਊ ਪੁਆਇੰਟ ਇਹ ਹੈ ਤਾਂ ਬਿਲਕੁਲ ਸਾਰਾ ਹੱਕ ਬੱਚਾ ਜਾਣਦਾ ਵੀ ਇਹ ਵਨ ਮੈਨ ਪਲੇ ਸੀਗਾ, ਇਹ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਸੀ। ਜਿਹੜੀ ਅਚੰਭੇ ਵਾਲੀ ਗੱਲ ਹੈ ਉਹ ਇਹ ਆ ਵੀ ਇੰਨੀਆਂ ਜ਼ਿਆਦੀਆਂ ਵੋਟਾਂ ਕਿਸ ਤਰ੍ਹਾਂ ਪੈ ਗਈਆਂ, ਜਦੋਂ ਕਿ ਲੋਕਾਂ ਦਾ ਰੁਝਾਨ ਜਿਹੜਾ ਸੀ ਉਹ ਥੋੜ੍ਹਾ ਜਿਹਾ ਪਹਿਲੋਂ ਇਹ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜਿਹੜਾ ਸੀਗਾ ਉਹ ਬੜੇ ਜ਼ੋਰ ਸ਼ੋਰ ਨਾਲ ਲੋਕਾਂ ਨੇ ਉਠਾਇਆ ਸੀਗਾ। ਪੰਜਾਬੀ ਲੋਕ ਜਿਹੜੇ ਹਨ ਇਹਨਾਂ ਦੀ ਫਿਤਰਤ ਹੈ, ਕਿਸ ਤਰ੍ਹਾਂ ਦਾ ਸੁਭਾਅ ਹੈ ਇਹਨਾਂ ਦਾ ਵੀ ਇਹ ਬਹੁਤ ਛੇਤੀ ਝੁਕਾ 'ਚ ਆ ਜਾਂਦੇ ਜਾਂ ਇੱਧਰ ਜਾਂ ਉੱਧਰ ਹੋਣ ਵਾਲੀ ਗੱਲ ਹੋ ਜਾਂਦੀ ਹੈ। ਜਿਹੜੀ ਇਸ ਵੇਲੇ ਅਕਾਲੀਆਂ ਦੇ ਵੋਟ ਪੈਣ ਦੀ ਮੇਜਰ ਕਾਰਨ ਇਹ ਆ ਕਿ ਮੁਕਾਬਲੇ ਤਾਂ ਹੈ ਹੀ ਕੋਈ ਨਹੀਂ, ਲੋਕੀ ਅੰਦਰੋਂ ਕੁਛ ਡਰੇ ਵੀ ਪਏ ਨੇਗੇ। ਲੋਕਾਂ ਨੂੰ ਇਹ ਸੀ ਵੀ ਚਲੋ ਆਪ ਮਹੀਨੇ ਦੇ 5-6 ਜਾਂ ਉਹਨਾਂ ਚਿਰ ਸਮਾਂ ਕੱਢ ਲਓ, ਵੋਟ ਪਾ ਦਿਓ, ਉਹਨਾਂ ਚਿਰ ਕੰਮ ਇਹਨਾਂ ਤੋਂ ਲੈ ਲਓ, ਮੁੜ ਕੇ ਬਦਲਾ ਵੀ ਇਹਨਾਂ ਤੋਂ ਹੀ ਲਵਾਂਗੇ। ਇਹ ਤੁਸੀਂ ਇਹ ਗੱਲ ਨੂੰ ਯਕੀਨ ਕਰਿਓ, ਜੇ ਇਹੀ ਗੱਲ ਹੋਏਗੀ ਫਿਰ ਲੋਕਾਂ ਨੇ ਉਹ ਆਖਣਾ ਵੀ ਹੁਣ ਇਹ ਨਾ ਬਚ ਕੇ ਜਾਣ, ਅੱਗੇ ਤਾਂ ਸਾਡੇ ਕੋਲੋਂ ਪਵਾ ਲਈਆ। ਨੰਬਰ ਇੱਕ ਲੋਕ ਡਰੇ ਸੀ, ਨੰਬਰ ਦੋ ਜਿਹੜੇ ਵੀਰ ਇੱਥੇ ਕਹਿੰਦੇ ਨਾ ਵੀ ਉੱਥੇ ਜਾ ਕੇ ਅਤੇ ਪ੍ਰਚਾਰ ਕਰਦੇ ਨੋਟਿਆਂ 'ਤੇ ਲਾ ਦਿੰਦੇ ਜਾਂ ਦੂਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ 'ਤੇ ਪੈਰ ਰੱਖ ਕੇ ਉੱਥੇ ਜਾ ਕੇ ਵੋਟਾਂ ਪਾਈਆਂ ਨੇ। ਮੈਂ ਇਹ ਸਾਰਿਆਂ ਦੀ ਡਿਊਟੀ ਬਣਦੀ ਸੀ, ਇਕੱਲੇ ਇੱਕ ਦੀ ਨਹੀਂ ਬਣਦੀ, ਦੂਜਿਆਂ ਨੂੰ ਕਹਿ ਦੇਣਾ ਸੌਖਾ ਹੁੰਦਾ ਵਾ, ਉੱਥੇ ਮੈਦਾਨੇ ਜੰਗ 'ਚ ਜਾਂਦੇ ਪਤਾ ਲੱਗਦਾ ਇਸ ਗੱਲ ਦਾ। ਦੂਸਰਾ ਇਹ ਆ ਵੀ ਸਰਕਾਰੀ ਜ਼ੋਰ ਅਤੇ ਧਾਂਜਲੀ ਵੀ ਬੜੀ ਵੱਡੀ ਹੋਈ ਆ, ਇਹ 'ਚ ਕੋਈ ਸ਼ੱਕ ਨਹੀਂ ਗਾ। ਜਦੋਂ ਹੈ ਹੀ ਕੋਈ ਨਹੀਂ ਉੱਥੇ, ਖਾਲੀ ਪਿਆ ਸਭ ਕੁਛ, ਤੇ ਕੀ ਕਰੋਗੇ? ਉਹਨਾਂ ਦੀ ਮਰਜ਼ੀ ਆ, ਜੋ ਮਰਜ਼ੀ ਕਰਨ, ਉਹਨਾਂ ਨੂੰ ਤੁਸੀਂ ਡੱਕ ਨਹੀਂ ਸੀ ਸਕਦੇ। ਇਹਦਾ ਇਹ ਇਹੋ ਹੀ ਕੁਝ ਹੋਣਾ ਸੀ ਜੋ ਹੋਇਆ ਵਾ। ਪਰ ਇਹ ਜਿਹੜਾ ਆਉਂਦੇ ਨੇ 2017 'ਚ ਇਹਦਾ ਕੀ ਪ੍ਰਭਾਵ ਪਊਗਾ ਉਹ ਇੱਕ ਬਿਲਕੁਲ ਹੀ ਅਲੱਗ ਹੋਏਗਾ, ਉਹ ਵੀ ਵੇਖਣ ਵਾਲੀ ਚੀਜ਼ ਹੋਏਗੀ। ਮਿਹਰਬਾਨੀ ਮਿਹਰਬਾਨੀ ਬਜਿੱਤਰ ਸਿੰਘ ਜੀ। ਬਜਿੱਤਰ ਸਿੰਘ ਜੀ ਦਾ ਖਿਆਲ ਹੈ 2017 'ਤੇ ਇਹਦਾ ਜੋ ਪ੍ਰਭਾਵ ਹੋਊਗਾ ਉਹ ਬੜਾ ਵੱਖਰਾ ਪ੍ਰਭਾਵ ਹੋਊਗਾ। ਇੱਕ ਇੰਨੀ ਚਿਰ ਨੂੰ ਇੱਕ ਮੈਨੂੰ ਈਮੇਲ ਆਈ ਆ ਸੁਰਜੀਤ ਕੁਮਾਰ ਨਿਊਯਾਰਕ ਤੋਂ, ਉਹਨਾਂ ਨੇ ਭੇਜੀ ਆ। ਉਹਨਾਂ ਕਿਹਾ ਜੀ ਇਹ 65,000 ਵੋਟਾਂ ਦੇ ਨਾਲ ਕਰੀਬ ਜਿੱਤੇ ਆ, ਔਰ ਇਨਫੈਕਟ 2017 ਦੀਆਂ ਚੋਣਾਂ 'ਚ ਜੇ ਅਕਾਲੀ ਦਲ ਨੂੰ ਖਡੂਰ ਸਾਹਿਬ ਦੇ ਵਿੱਚ 6500 ਵੋਟਾਂ ਵੀ ਮਿਲ ਗਈਆਂ ਤਾਂ ਤੁਸੀਂ ਮੇਰਾ ਨਾਮ ਬਦਲ ਦਿਓ। ਇਹ ਭਾਈ ਸਾਹਿਬ ਨੇ ਮੈਨੂੰ ਈਮੇਲ ਰਾਹੀਂ ਹੁਣੇ ਮੈਂ ਜੋ ਪ੍ਰੋਗਰਾਮ ਦੇ ਦੌਰਾਨ ਹੀ ਇੱਕ ਈਮੇਲ ਆਈ ਆ, ਮੈਂ ਸੋਚਿਆ ਤੁਹਾਡੇ ਨਾਲ ਮੈਂ ਸਾਂਝੀ ਕਰ ਲਵਾਂ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਵਿਚਾਰ ਰੱਖਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ।
ਮੈਂ ਜੀ ਨਿਊਜ਼ਰਸੀ ਤੋਂ ਤਰਲੋਚਨ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਤਰਲੋਚਨ ਸਿੰਘ ਜੀ, ਦੱਸੋ ਤੁਹਾਡਾ ਕੀ ਖਿਆਲ ਹੈ ਕਿ ਆ ਜਿਹੜਾ ਖਡੂਰ ਸਾਹਿਬ 'ਚ ਅਕਾਲੀ ਦਲ ਦੀ ਇਹ ਤਾਂ ਜੀ ਉਹ ਗੱਲ ਹੋ ਗਈ ਆ ਜਿਵੇਂ ਸਾਡੇ ਪਿੰਡ ਦੀ ਟੀਮ ਟੂਰਨਾਮੈਂਟ ਤੇ ਖੇਲਣ ਗਈ, ਮੁੜਦੇ ਨੂੰ ਕਹਿੰਦੇ ਅੰਕਲ ਅਸੀਂ ਜਿੱਤਿਆ ਏ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਨਾਲ ਦੇ ਸਕਰੈਚ ਹੋ ਗਏ ਤੇ ਆਏ ਨੀ ਖਾੜੇ 'ਚ। ਹਾਂਜੀ ਉਹ ਗੱਲ ਹੋ ਗਈ, ਇਹ ਤਾਂ ਇਹ ਕੋਈ ਜਿੱਤਣ ਨੀ ਗਾ ਜੀ, ਕਮਲਜੀਤ ਸਿੰਘ ਨਾਇਗਰਾ ਫਾਲ ਅਮਰੀਕਾ ਵਾਲੇ ਪਾਸਿਓ ਕਿ ਕੈਨੇਡਾ ਵਾਲੇ ਪਾਸਿਓ? ਅਮਰੀਕਾ ਵਾਲੇ ਪਾਸਿਓ। ਹਾਂਜੀ ਭਾਈ ਸਾਹਿਬ। ਹਾਂਜੀ ਸਰ ਜੀ, ਵੋਟਾਂ ਤਾਂ ਅਕਾਲੀ ਦਲ ਨੇ ਬਹੁਤ ਜ਼ਿਆਦਾ ਲਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਅਤੇ ਪਰ ਮੇਰਾ, ਮੈਂ ਆਮ ਪਾਰਟੀ ਦੇ ਸਪੋਰਟਰ ਹਾਂ ਉਦਾਂ ਜੀ, ਅਤੇ ਆਮ ਪਾਰਟੀ ਨੂੰ ਬਹੁਤ ਜ਼ਿਆਦਾ ਸੋਚਣਾ ਪਊਗਾ ਵੀ ਆਉਣ ਵਾਲੇ 2017 ਦੇ ਵਿੱਚ ਕੀ ਤੁਸੀਂ ਉਹਨਾਂ ਨੇ ਕਰਨਾ ਜੀ। ਇਹ ਹਿਸਾਬ ਦੇ ਹਿਸਾਬ ਨਾਲ ਤਾਂ ਬਸ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਇੰਨੀਆਂ ਵੋਟਾਂ ਉਹਨਾਂ ਨੇ ਲਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਉੱਥੇ। ਕਮਲਜੀਤ ਜੀ, ਹੁਣ ਕਿਉਂਕਿ ਆਪਣੇ ਰਿਜ਼ਲਟ ਨਤੀਜੇ ਸਾਹਮਣੇ ਆ ਗਏ ਆ, ਜੇ ਆਪਾਂ ਵਿਦ ਦੀ ਬੈਨੀਫਿਟ ਆਫ ਹਾਈਂਡਸਾਈਡ ਸੋਚੀਏ ਵੀ ਕੀ ਕਰਨਾ ਚਾਹੀਦਾ ਸੀ, ਤੁਹਾਨੂੰ ਲੱਗਦਾ ਵਾ ਵੀ ਆਮ ਆਦਮੀ ਪਾਰਟੀ ਨੂੰ ਇਹ ਸੀਟ ਲੜਨੀ ਚਾਹੀਦੀ ਸੀ? ਨਹੀਂ, ਉਹ ਤਾਂ ਪਤਾ ਹੀ ਸੀਗਾ ਵੀ ਇਹਨਾਂ ਨੇ ਜਿੱਤ ਜਾਣੀ ਬਾਈ ਇਲੈਕਸ਼ਨ, ਉਹਦੇ ਵਿੱਚ ਕੋਈ ਨੋ ਡਾਊਟ ਇਟ ਜੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੁਮੇਲ ਸਿੰਘ ਸਿੱਧੂ ਜਾਂ ਆਮ ਆਜ਼ਾਦ ਉਮੀਦਵਾਰ ਨੇ ਵੋਟਾਂ ਲਈਆਂ ਨੇ ਜੀ, ਉਹ 2000 ਵੋਟ ਲਈ ਆ। ਆਉਣ ਵਾਲੇ ਮੇਰੇ ਜਿਹੜੇ ਆਪਦਾ ਮੇਰਾ ਥੋੜ੍ਹਾ ਜਿਹਾ ਮੇਰਾ ਪੋਲੀਟੀਕਲ ਕੈਰੀਅਰ ਵੀ ਹੈਗਾ, ਮੈਂ ਸੋਚਦਾ ਵੀ ਹੈਗਾ ਵੀ 2017 ਦੇ ਵਿੱਚ ਘੱਟੋ ਘੱਟ 20-25 ਸੀਟਾਂ ਇਹੋ ਜਿਹੀਆਂ ਹੋਣੀਆਂ ਜਿਹੜੀਆਂ 1000-2000 ਵੋਟਾਂ ਦੇ ਕਾਊਂਟ ਕਰਨਗੀਆਂ, ਓਕੇ, ਹਾਰ ਜਿੱਤ ਦਾ ਫੈਸਲਾ ਕਰਨਗੀਆਂ। ਠੀਕ ਹੈ, ਆਮ ਪਾਰਟੀ ਨੂੰ ਜੇ ਇੱਕ ਗਲਤੀ ਕੀਤੀ ਬਹੁਤ ਵੱਡਾ ਨੁਕਸਾਨ ਹੋਊਗਾ। ਕਮਲਜੀਤ ਨੇ ਬਹੁਤ ਇੰਟਰਸਟਿੰਗ ਪੁਆਇੰਟ ਰੇਜ਼ ਕੀਤਾ ਵਾ ਵੀ ਜੇ ਆਜ਼ਾਦ ਉਮੀਦਵਾਰ ਜੇ 1000-2000 ਵੋਟਾਂ ਵੀ ਲੈ ਗਏ ਅਤੇ 2017 ਚੋਣਾਂ ਦੇ ਵਿੱਚ 15-20 ਸੀਟਾਂ 'ਤੇ ਨਤੀਜੇ ਜਿਹੜੇ ਆ ਉਹਨਾਂ 'ਤੇ ਫਰਕ ਪੈ ਸਕਦਾ ਵਾ। ਸੋ ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੋ ਮੈਨੂੰ ਲੱਗ ਰਿਹਾ ਵਾ ਜੋ ਕਹਿਣਾ ਚਾਹੁੰਦੇ ਆ ਕਿ ਪਾਰਟੀ ਨੂੰ ਆਪਣੇ ਕਰੀਬ ਕਰੀਬ ਸਾਰੇ ਜਿਹੜੇ ਡਾਈਸੈਂਟਰਸ ਆ ਜਿਹੜੇ ਪਾਰਟੀ ਦੇ ਨਾਲ ਵਿਰੋਧੀ ਹੈਗੇ ਆ ਪਾਰਟੀ ਦੇ ਜਾਂ ਜਿਹੜੇ ਰੈਬਲ ਕੈਂਡੀਡੇਟਸ ਆ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਇਹ ਭਾਈ ਸਾਹਿਬ ਦਾ ਵਿਚਾਰ ਆ, ਉਹਨਾਂ ਦਾ ਖਿਆਲ ਆ ਕਿ ਇਸ ਤਰ੍ਹਾਂ ਦਾ ਜਿਹੜਾ ਵਾ ਇਨਫੈਕਟ ਇੰਨੀ ਕੈਜੂਅਲੀ ਨਹੀਂ ਲੈਣੀ ਚਾਹੀਦੀ ਅਗਲੀ ਜਿਹੜੀ ਚੋਣ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਦੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਗੁਰਦੇਵ ਗਰੇਵਾਲ ਬੋਲ ਰਿਹਾ। ਹਾਂਜੀ ਗਰੇਵਾਲ ਜੀ, ਹਾਂਜੀ ਹਾਂਜੀ ਜੀ, ਗੱਲ ਇਸ ਤਰ੍ਹਾਂ ਹੈਗੀ ਆ, ਦੇਖੋ 58% ਵੋਟ ਦਾ ਪੈਣਾ ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਤੇ ਜਿਹੜੀ ਇਹ ਵੋਟ ਪਈ ਆ, ਹਾਲੇ ਵੀ ਇਹਦਾ ਮਤਲਬ ਇਹਨਾਂ ਦਾ ਆਧਾਰ ਹੈਗਾ ਵਾ ਇਹਨਾਂ ਦਾ ਅਕਾਲੀਆਂ ਦਾ ਜੀ, ਕਿਉਂਕਿ ਇਹ ਲੋਕਾਂ ਦੇ ਵਿੱਚ ਨਹੀਂ ਸੀ ਪਰ ਸਾਜਕ ਨਜ਼ਰ ਘਰੋਂ ਆ ਗਏ ਤਾਂ ਦੂਜਾ ਬਟਨ ਵੀ ਦੱਬ ਦੱਬਦੇ ਸੀ ਨੋਟਾਂ ਦਾ, ਠੀਕ ਹੈ ਨਾ ਜੀ ਜੀ। ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸੰਧੂ ਸਾਹਿਬ, ਜੇ ਅਕਾਲੀ ਆਪਣੇ ਕਾਂਗਰਸ ਆ ਗਈ ਪਾਰਟੀ, ਸਵਰਾਜ ਪਾਰਟੀ ਆ ਰਹੀ ਹੈ, ਹੋਰ 2-3 ਪਾਰਟੀਆਂ ਆ ਰਹੀਆਂ, ਬਹੁਜਨ ਸਮਾਜ ਪਾਰਟੀ ਆ ਰਹੀ ਆ ਜੀ, ਜਿੰਨੀਆਂ ਇਹ ਪਾਰਟੀਆਂ ਜ਼ਿਆਦਾ ਹੋਣਗੀਆਂ ਓਨਾ ਇਹਨਾਂ ਦਾ ਵੱਖ ਵੱਖ ਹੋਊਗਾ ਅਤੇ ਉਹਦੇ ਵਿੱਚ ਅਕਾਲੀ ਦਲ ਬੀਜੇਪੀ ਦਾ ਅਗਰ ਗੱਠਜੋੜ ਕਾਇਮ ਰਿਹਾ ਇਹ ਫਿਰ ਕਿਤੇ ਨਹੀਂ ਜਾਂਦੇ, ਦੇਖ ਲੈਣਾ ਤੁਸੀਂ ਇਹਨਾਂ ਨੇ ਫਿਰ ਆ ਜਾਣਾ, ਇੱਕ ਤਾਂ ਕੋਲ ਪੈਸਾ ਬਹੁਤ ਜ਼ਿਆਦਾ ਹੈਗਾ ਜੀ,
ਅੱਜ ਦਾ ਜਿਹੜਾ ਅਮਲੀ ਜਿੰਨੇ ਨੇ ਆਏ ਸਾਰੇ 1000 ਰੁਪਏ ਦੇ ਡੁੱਲ ਕੇ ਵੋਟ ਪਾ ਦਿੰਦੇ ਜੀ। ਸੋ ਗਰੇਵਾਲ ਜੀ, ਤੁਹਾਨੂੰ ਲੱਗਦਾ ਵੀ ਕੋਈ ਨਾ ਕੋਈ ਸਟ੍ਰੈਟਜੀ ਬਣਾ ਕੇ ਅਪੋਜੀਸ਼ਨ ਪਾਰਟੀਜ਼ ਨੂੰ ਅੱਗੇ ਵਧਣਾ ਪਊਗਾ? ਜਿਸ ਤਰ੍ਹਾਂ ਬਿਹਾਰ 'ਚ ਹੋਇਆ ਸੀ, ਜਿਸ ਤਰ੍ਹਾਂ ਬਿਹਾਰ 'ਚ ਹੋਇਆ ਸੀ ਉਹਦੇ ਵਿੱਚ ਗਰੇਵਾਲ ਜੀ ਇੱਕੋ ਹੀ ਪ੍ਰੋਬਲਮ ਆ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਕੋਈ ਸਮਝੌਤਾ ਹੁੰਦਾ ਨਹੀਂ ਲੱਗਦਾ। ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ। ਉਦੋਂ ਬਾਅਦ ਬਹੁਜਨ ਸਮਾਜ ਪਾਰਟੀ ਆ ਗਈ, ਨਿਊ ਸਵਰਾਜ ਪਾਰਟੀ ਆ ਗਈ, ਕਿੰਨੀਆਂ ਆ ਗਈਆਂ, ਜਿੰਨੀਆਂ ਪਾਰਟੀਆਂ ਫੈਲਣਗੀਆਂ ਪੰਜਾਬ 'ਚ ਉਹਦਾ ਫਾਇਦਾ ਅਕਾਲੀਆਂ ਨੂੰ ਅਤੇ ਬੀਜੇਪੀ ਨੂੰ ਹਰ ਹਾਲ 'ਚ ਆਉਣਾ। ਜੀ ਬਹੁਤ ਮਿਹਰਬਾਨੀ ਗਰੇਵਾਲ ਜੀ, ਬੜਾ ਕਲੀਅਰ ਆ ਜੋ ਹੁਣ ਤੱਕ ਜਿੰਨੇ ਕਰੀਬ ਕਾਲਰ ਆਏ ਆ ਉਹ ਫੀਲ ਕਰਦੇ ਆ ਕਿ ਕੋਈ ਨਾ ਕੋਈ ਸਟ੍ਰੈਟਜੀ ਜ਼ਰੂਰ ਅਪੋਜੀਸ਼ਨ ਨੂੰ ਲਾ ਕੇ ਚੱਲਣੀ ਪਊਗੀ। ਇਹਨੂੰ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਵਾ ਉਹਨਾਂ ਨੂੰ ਕੈਜੂਅਲੀ ਨਹੀਂ ਲਿਆ ਜਾ ਸਕਦਾ ਕਿਸੇ ਹੱਦ ਤੱਕ। ਇਹ ਗਰੇਵਾਲ ਜੀ ਹੁਣ ਨੇ ਕਿਹਾ ਵਾ ਕਿ ਕਿਸੇ ਹੱਦ ਤੱਕ ਅਕਾਲੀ ਦਲ ਦਾ ਜਿਹੜਾ ਪੰਥਕ ਅਧਾਰ ਹੈ ਉਹ ਹਾਲੇ ਤੱਕ ਕਾਇਮ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਕੀ ਵਿਚਾਰ ਰੱਖਣਾ ਚਾਹੁੰਦੇ। ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਪਾਲ ਪਤਰਾ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਹਾਂਜੀ ਪਾਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ ਹਾਂਜੀ, ਮੈਂ ਜਿਹੜੀ ਗੱਲ ਚੱਲ ਰਹੀ ਸੀ ਆਪਣੀ ਖਡੂਰ ਸਾਹਿਬ ਦੀ ਇਲੈਕਸ਼ਨ ਦੀ ਜੀ, ਇਹ ਜਿਹੜੀ ਇੱਕ ਜਿਵੇਂ ਵਨ ਸਾਈਡਡ ਸ਼ੋਅ ਸੀ ਸਾਰਾ, ਜਦ ਕੋਈ ਆਪੋਜੀਸ਼ਨ ਦੇ ਵਿੱਚ ਨਹੀਂ ਸੀਗਾ ਬੰਦਾ ਜੀ। ਸੋ ਆਈ ਅੰਡਰਸਟੈਂਡ ਕਿ ਸਾਰੀ ਲੋਕਾਂ ਨੂੰ ਲੱਗਦਾ ਕਿ ਥੋੜਾ ਮੋਮੈਂਟਮ ਗੇਨ ਕਰੇਗੀ ਅਕਾਲੀ ਭਾਜਪਾ ਦਾ ਗੱਠਜੋੜ ਜਿਹੜਾ ਹੈਗਾ, ਬਟ ਆਮ ਆਦਮੀ ਪਾਰਟੀ ਨੂੰ ਵੀ ਇੱਕ ਬਹੁਤ ਅੱਛੀ ਸਟ੍ਰੈਟਜੀ ਨਾਲ ਆਉਣਾ ਪੈਣਾ, ਕਿਉਂਕਿ ਜਿਹੜੇ ਬਾਦਲਾਂ ਦੇ ਜਿਹੜਾ ਸਟ੍ਰੈਟਜੀ ਇਹਨਾਂ ਦੀ ਗਰਾਊਂਡ ਰੂਟਸ ਦੇ ਪੈਸੇ ਵੰਡ ਕੇ ਚੀਜ਼ਾਂ ਨੂੰ ਅੱਗੇ ਆਪਣਾ ਲੋਕਲ ਦੇ ਮਹੱਲੇ ਦੇ ਪ੍ਰਧਾਨਾਂ ਨੂੰ, ਸਰਪੰਚਾਂ ਨੂੰ। ਸੋ ਠੀਕ ਹੈ, ਇਹ ਮੋਮੈਂਟਮ ਤੁਸੀਂ ਕਿਸੇ ਹੱਦ ਤੱਕ ਕਹਿ ਸਕਦੇ ਹੋ ਕਿ ਉਹਨਾਂ ਨੇ ਇਸ ਚੀਜ਼ ਨੂੰ ਹਵਾ 'ਚ ਚੱਕਣਾ ਜੀ, ਬਟ ਆਮ ਆਦਮੀ ਪਾਰਟੀ ਨੂੰ ਜੇ ਇਸ ਚੀਜ਼ ਨੂੰ ਸਮਝਣਾ ਅਤੇ ਗਰਾਊਂਡ ਰੂਟ ਦੇ ਵਰਕਰਸ ਨੂੰ ਔਰ ਸਟ੍ਰੈਟਜੀ, ਜਿਵੇਂ ਪਿਛਲੇ ਕਾਲਰ ਕਹਿ ਰਹੇ ਸੀਗੇ ਕਿ ਇੱਕ ਬੜੀ ਹੀ ਸਟ੍ਰੈਟਜਿਕ ਪਲੈਨਿੰਗ ਦੇ ਨਾਲ ਇਹਨਾਂ ਨੂੰ ਅੱਗੇ ਇਲੈਕਸ਼ਨ 'ਚ ਪਲੈਨ ਕਰਨਾ, ਜੇ ਠੀਕ ਹੈ ਇਹਨਾਂ ਨੇ ਪਲੈਨ ਕੀਤਾ ਕਿ ਖਡੂਰ ਸਾਹਿਬ ਤੋਂ ਇਹਨਾਂ ਨੇ ਕੁਇਟ ਕਰ ਲਿਆ ਜੀ, ਬਟ ਇਨ ਫਿਊਚਰ ਦੇ ਹੈਵ ਟੂ ਬੀ ਵੈਰੀ ਮੱਚ ਪਲੈਨਡ ਲੀਡਰ ਦੇ ਪੁਆਇੰਟ ਆਫ ਵਿਊ ਨੂੰ, ਸੀਐਮ ਕੈਂਡੀਡੇਟ ਦੇ ਪੁਆਇੰਟ ਆਫ ਵਿਊ ਦੇ ਨਾਲ ਵੀ, ਅਤੇ ਆਪਣੀ ਜਿਹੜੀ ਸਟ੍ਰੈਟਜੀ ਹੈ ਤਾਂ ਕਿ ਗਰਾਊਂਡ ਰੂਟ ਦੇ ਉੱਤੇ ਵਰਕਰਾਂ ਨਾਲ ਜਾਂ ਆਮ ਆਦਮੀ ਨਾਲ ਇਹਨਾਂ ਦਾ ਟੱਚ ਰਹੇ, ਉਹਦੇ ਤੋਂ ਸੰਪਰਕ ਨਹੀਂ ਟੁੱਟਣਾ ਚਾਹੀਦਾ ਇਹਨਾਂ ਦਾ। ਬਿਲਕੁਲ ਬਿਲਕੁਲ ਪਾਲ ਜੀ, ਬਹੁਤ ਬਹੁਤ ਧੰਨਵਾਦ ਕਿ ਕੋਈ ਨਾ ਕੋਈ ਸਟ੍ਰੈਟਜੀ ਲਾ ਕੇ ਇਹ ਜਿਹੜੀ ਚੋਣ ਆ ਇਹ ਲੜਨੀ ਚਾਹੀਦੀ ਹੈ। ਇੱਥੇ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਅਸੀਂ ਗੱਲ ਕਰ ਰਹੇ ਹਾਂ ਖਡੂਰ ਸਾਹਿਬ ਜ਼ਿਮਨੀ ਚੋਣ ਦੀ। ਖਡੂਰ ਸਾਹਿਬ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇੱਕ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ, ਕਾਫੀ ਵੋਟਾਂ ਉਹਨਾਂ ਨੂੰ ਪਈਆਂ ਵਾ। ਕੀ ਇਸ ਜਿੱਤ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਇੱਕ ਨਵੀਂ ਜਾਨ ਮਿਲੂਗੀ, ਨਵੀਂ ਜਾਨ ਉਹਦੇ 'ਚ ਪਊਗੀ? ਇਹ ਅਸੀਂ ਮਸਲਾ ਵਿਚਾਰ ਰਹੇ ਹਾਂ ਔਰ ਇਹਨੂੰ ਆਪਾਂ ਲਗਾਤਾਰ ਇਹਨੂੰ ਵਿਚਾਰਾਂਗੇ ਪਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਖਡੂਰ ਸਾਹਿਬ ਜ਼ਿਮਨੀ ਚੋਣ ਦੀ। ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਇੱਕ ਗੱਲ ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਅਕਾਲੀ ਦਲ ਨੇ ਇਹ ਸੀਟ ਇੱਕ ਸੋਚੀ ਸਮਝੀ ਵਿਉਤਬੰਦੀ ਸਟ੍ਰੈਟਜੀ ਤਹਿਤ ਲੜੀਏ ਔਰ ਜਿੱਤੀਏ। ਬ੍ਰਹਮਪੁਰਾ ਪਰਿਵਾਰ ਜਿਹੜਾ ਵਾ ਉਹਦਾ ਇਸ ਇਲਾਕੇ 'ਚ ਕਾਫੀ ਰਸੂਖ ਹੈ, ਇਸੇ ਪਰਿਵਾਰ ਤੋਂ ਇੱਕ ਉਹਨਾਂ ਨੇ ਇੱਕ ਸੱਜਣ ਜਿਹੜੇ ਨੇ ਆਪਣੇ ਉਮੀਦਵਾਰ ਬਣਾਏ। ਇਹ ਵੀ ਜ਼ਾਹਿਰ ਹੈ ਕਿ ਇਸ ਜ਼ਿਮਨੀ ਚੋਣ ਵਾਸਤੇ ਵਿਰੋਧੀ ਧਿਰਾਂ ਕੋਲ ਕੋਈ ਸਟ੍ਰੈਟਜੀ ਜਾਂ ਕੋਈ ਢੰਗ ਤਰੀਕਾ ਨਹੀਂ ਸੀ ਜਾਂ ਉਹਨਾਂ ਨੇ ਢੰਗ ਤਰੀਕਾ ਨਹੀਂ ਵਰਤਿਆ। ਇਹ ਸਾਫ਼ ਸੀ ਕਿ ਅਕਾਲੀ ਦਲ ਇਸ ਚੋਣ ਨਤੀਜੇ ਦਾ ਜੇ ਜਿੱਤ ਗਏ ਤਾਂ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ, ਜੋ ਹੋ ਰਿਹਾ ਵਾ। ਵਿਰੋਧੀ ਧਿਰਾਂ ਨੂੰ ਚਾਹੀਦਾ ਸੀ ਕਿ ਉਹ ਅਕਾਲੀ ਦਲ ਨੂੰ ਇੰਨੀ ਸੌਖੀ ਜਿੱਤ ਜਿਹੜੀ ਆ ਉਹ ਪਰੋਸ ਕੇ ਨਾ ਦੇਣ। ਨੋਰਮਲੀ ਜਿਹੜੇ ਵਿਰੋਧੀ ਧਿਰ ਆ
ਉਹ ਉਹਨਾਂ ਵਾਸਤੇ ਜ਼ਿਮਨੀ ਚੋਣ ਜਿੱਤਣੀ ਕਾਫੀ ਮੁਸ਼ਕਲ ਹੁੰਦੀ ਆ, ਸੱਤਾ ਧਿਰ ਵਾਸਤੇ ਕਾਫੀ ਸੌਖੀ ਹੁੰਦੀ ਆ, ਪਰ ਫਿਰ ਵੀ ਇੰਨੀ ਸੌਖੀ ਜਿੱਤ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਸੀਗੀ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜੇ ਆ, ਦੇਖਦੇ ਆ ਉਹਨਾਂ ਦੇ ਕੀ ਵਿਚਾਰ ਹੈ। ਹੈਲੋ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ ਢੀਂਡਸਾ ਬੋਲਦਾ ਜੀ, ਟੋਰਾਂਟੋ ਤੋਂ। ਹਾਂਜੀ ਹਾਂਜੀ ਢੀਂਡਸਾ ਜੀ, ਸਵਾਗਤ ਹੈ ਜੀ। ਬਾਈ ਜੀ, ਵੈਸੇ ਤਾਂ ਇਹ ਜਿਵੇਂ ਕਿ ਚੋਣ ਇੱਕ ਤਰਫਾ ਹੀ ਸੀਗੀ, ਇਹਦੇ 'ਚ ਕੋਈ ਡਾਊਟ ਨਹੀਂ, ਪਰ ਇਸ ਚੋਣ ਦੇ ਨਾਲ ਜੇਕਰ ਰਿਜ਼ਲਟਾਂ ਨੂੰ ਬਾਕੀ ਪਾਰਟੀਆਂ ਲੈਣ 'ਤੇ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਤਾਂ ਜਿਹੜੀ ਮੇਨ ਗੱਲ ਹੈ ਜੀ, ਲੋਕਾਂ ਨੂੰ ਅਵੇਅਰਨੈਸ ਦੀ ਘਾਟ, ਕਿਉਂਕਿ ਜਿਵੇਂ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋਗੇ ਤਾਂ ਸੋਸ਼ਲ ਮੀਡੀਆ 'ਤੇ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੋਈ ਹੈ, ਬਟ ਗਰਾਊਂਡ 'ਤੇ ਉਹ ਰੈਪਲੀਕੇਸ਼ਨ ਓਨੀ ਨਹੀਂ ਹੈ ਜਿੰਨੀ ਕਿ ਸੋਸ਼ਲ ਮੀਡੀਆ 'ਤੇ ਹੈ। ਉਹਦਾ ਕਾਰਨ ਮੇਨ ਤੇ ਮੇਨ ਇਹ ਹੈ ਕਿ ਲੋਕਾਂ ਦੇ ਕੋਲ ਸਹੀ ਮੈਸੇਜ ਨਹੀਂ ਪਹੁੰਚ ਰਿਹਾ, ਤੇ ਕੋਈ ਏਦਾਂ ਦਾ ਫ੍ਰੀ ਮੀਡੀਆ ਨਹੀਂ ਹੈ ਜਿਹੜਾ ਕਿ ਵੀ ਦੋਨੋਂ ਪਾਸੇ ਲੋਕ ਸੁਣ, ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈਗੀ ਹੈ ਮੀਡੀਆ ਸੁਣਨੇ ਦੀ, ਤੇ ਤਾਂ ਹੀ ਉਹ ਹੇਟ ਤਾਂ ਹੀ ਜਾਂ ਪਿਆਰ ਦੇ ਚੱਕਰ ਦੇ ਵਿੱਚ ਤਾਂ ਹੀ ਪਵਣਗੇ ਜੇਕਰ ਦੋਨੇ ਪਾਸੇ ਪਤਾ ਹੋਵੇ। ਮੈਂ ਆਪਣੇ ਵੀ ਕਈ ਵਾਰ ਦੋਸਤਾਂ ਮਿੱਤਰਾਂ ਨਾਲ ਇੰਡੀਆ ਗੱਲ ਕਰਦਾ ਤੇ ਉਹ ਕਹਿੰਦੇ ਆ ਜਿੰਨਾ ਤੁਹਾਨੂੰ ਬਾਹਰ ਬੈਠ ਕੇ ਲੱਗਦਾ ਨਾ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਗਏ, ਇੰਨੇ ਖਰਾਬ ਨਹੀਂ ਹੈ। ਉਹਦਾ ਮੇਨ ਕਾਰਨ ਇਹੀ ਹੈ ਕਿ ਵੀ ਉਹਨਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਠੀਕ ਹੈ ਤੇ ਕੀ ਖਰਾਬ ਹੈ। ਜੀ ਜੀ ਸਹੀ ਕਿਹਾ। ਤੇ ਦੂਜੀ ਜਿੱਦਾਂ ਤੁਸੀਂ ਕਿਹਾ ਜੀ, ਇੱਦਾਂ ਪਰੋਸ ਕੇ ਨਹੀਂ ਦੇਣਾ ਚਾਹੀਦਾ ਸੀਗਾ, ਬਾਕੀ ਪਾਰਟੀਆਂ ਨਾਲ ਥੋੜਾ ਜਿਹਾ ਲੜਨਾ ਚਾਹੀਦਾ ਸੀਗਾ, ਤੇ ਪਰ ਇਹਦੇ ਨਾਲ ਇਹ ਪਤਾ ਚੱਲਦਾ ਕਿ ਜਿੱਥੇ ਮਤਲਬ ਕਿ ਇੰਨੀਆਂ ਸੀਟਾਂ ਵੋਟਾਂ ਪਈਆਂ ਨੇ, ਚਾਹੇ ਇੱਕ ਤਰਫੇ ਪਈਆਂ ਨੇ, ਕਿਉਂਕਿ ਲੱਗਦਾ ਸੀਗਾ ਕਿ ਲੋਕਾਂ ਦੇ ਵਿੱਚ ਰੋਸ ਬੜਾ ਹੈ, ਉਸ ਹਿਸਾਬ ਨਾਲ ਤਾਂ ਵੋਟਾਂ ਜਾਂ ਪੈਣੀਆਂ ਨਹੀਂ ਚਾਹੀਦੀਆਂ ਸੀਗੀਆਂ, ਜਾਂ ਨੋਟਾ ਹੋਣਾ ਚਾਹੀਦਾ ਸੀਗਾ, ਜਾਂ ਫ੍ਰੀ ਆ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਸੀਗੀਆਂ। ਤੇ ਉਹੀ ਹੈ ਗੱਲ ਕਿ ਬਾਕੀ ਪਾਰਟੀਆਂ ਲਈ ਇੱਕ ਵਧੀਆ ਗੱਲ ਇਹ ਹੋ ਗਈ ਜੀ ਕਿ ਉਹ ਥੋੜਾ ਜਿਹਾ ਹੋਰ ਜ਼ੋਰ ਲਾਉਣਗੀਆਂ, ਉਹਨਾਂ ਨੂੰ ਘਰ ਘਰ ਜਾ ਕੇ ਆਪਣਾ ਮੈਸੇਜ ਪਹੁੰਚਾਉਣ ਦੀ ਲੋੜ ਹੈ, ਲੋਕਾਂ ਕੋਲ ਹਾਲੇ ਮੈਸੇਜ ਨਹੀਂ ਪਹੁੰਚ ਰਿਹਾ ਜੀ ਸਹੀ। ਮਿਹਰਬਾਨੀ। ਤੇ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਕਿ ਵੀ ਯੂਥ ਨਾਲ ਹੈ, ਬਜ਼ੁਰਗ ਨਾਲ ਨਹੀਂ ਹੈ, ਉਹਦਾ ਕਾਰਨ ਇਹੀ ਹੈ ਜੀ ਕਿਉਂਕਿ ਯੂਥ ਨੂੰ ਫੋਨ ਵਰਤਣ ਆ ਰਿਹਾ ਤੇ ਉਹਦੇ ਹੱਥ ਦੇ ਵਿੱਚ ਮੀਡੀਆ, ਤੇ ਬਜ਼ੁਰਗ ਬੰਦੇ ਨੂੰ ਫੋਨ ਨਹੀਂ ਯੂਜ਼ ਕਰਨ ਆ ਰਿਹਾ, ਇੰਟਰਨੈਟ ਟੈਕਨੋਲੋਜੀ ਤੋਂ ਦੂਰ ਹੈ, ਜਿੱਦਣ ਉਹਨਾਂ ਕੋਲ ਵੀ ਆ ਗਿਆ ਤੇ ਥੋੜਾ ਜਿਹਾ ਨਜ਼ਾਰਾ ਹੋ ਰਿਹਾ ਹੋਊਗਾ ਜੀ ਫਿਰ। ਮਿਹਰਬਾਨੀ ਮਿਹਰਬਾਨੀ ਟੀਚਰ ਜੀ, ਬਹੁਤ ਵਧੀਆ ਪੁਆਇੰਟ ਰੇਜ਼ ਕੀਤੇ ਆ ਕਿ ਲੋਕਾਂ 'ਚ ਅਵੇਅਰਨੈਸ ਹੈ ਨਹੀਂ, ਔਰ ਅਵੇਅਰਨੈਸ ਜਾਗਰੂਕਤਾ ਕ੍ਰੀਏਟ ਕਰਨ ਦੀ ਲੋੜ ਆ। ਨੋਟਾਂ ਬਾਰੇ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਵੀ ਇੱਕ ਆਪਸ਼ਨ ਹੈ, ਵੀ ਜੇ ਉੱਤੇ ਜਿੰਨੇ ਉਮੀਦਵਾਰ ਹੈ 10 12 15 ਉਮੀਦਵਾਰ ਹੈ, ਜੇ ਤੁਹਾਨੂੰ ਇਹਨਾਂ 'ਚੋਂ ਕੋਈ ਪਸੰਦ ਨਹੀਂ ਤਾਂ ਜਿਹੜਾ ਨਨ ਆਫ ਦੀ ਅਬਵ ਜਿਹੜੀ ਬਟਨ ਆ ਉਹ ਵੀ ਦੱਬਿਆ ਜਾ ਸਕਦਾ ਵਾ। ਐਰਕੀ ਲੋਕਾਂ ਨੇ ਇਹਦਾ ਇਸਤੇਮਾਲ ਕੀਤਾ, ਖਡੂਰ ਸਾਹਿਬ ਦੇ ਵਿੱਚ ਵੀ ਕਰੀਬ 2-3 ਹਜ਼ਾਰ ਲੋਕਾਂ ਨੇ ਨੋਟਾਂ ਦਾ ਇਸਤੇਮਾਲ ਕੀਤਾ। ਨੋਟਾ ਇੱਕ ਤਰੀਕੇ ਨਾਲ ਨੰਬਰ 3 'ਤੇ ਆ ਟੋਟਲ ਜਿਹੜੇ ਜਿੱਤਣ ਵਾਲੇ ਜਾਂ ਹਾਰਨ ਵਾਲੇ ਕੈਂਡੀਡੇਟਸ ਦੇ ਵਿੱਚ, ਲੇਕਿਨ ਫਿਰ ਵੀ ਇਹਦਾ ਇਸਤੇਮਾਲ ਕਾਫੀ ਘੱਟ ਹੋਇਆ ਵਾ। ਇਨਫੈਕਟ ਲੋਕਾਂ ਨੂੰ ਨੋਟਾਂ ਬਾਰੇ ਜਾਗਰੂਕਤਾ ਦੇਣੀ ਚਾਹੀਦੀ ਆ। ਔਰ ਇੱਥੇ ਜੇ ਵਿਰੋਧੀ ਧਿਰਾਂ ਨੇ, ਜੇ ਕਾਂਗਰਸ ਆਪ ਨੇ ਇਲੈਕਸ਼ਨ ਜੇ ਬਾਈਕਾਟ ਕੀਤਾ ਸੀ ਤਾਂ ਕੋਈ ਚੰਗਾ ਆਜ਼ਾਦ ਉਮੀਦਵਾਰ ਜਿਹੜਾ ਵਾ ਉਹ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਸੀਗਾ ਜਿਹਨੂੰ ਲੋਕ ਵੋਟ ਪਾ ਸਕੇ। ਆਜ਼ਾਦ ਉਮੀਦਵਾਰ ਜਿਹੜੇ ਆ ਉਹ ਇੱਕ ਉਮੀਦਵਾਰ ਨੂੰ ਕਰੀਬ 17-18 ਹਜ਼ਾਰ ਵੋਟਾਂ ਜ਼ਰੂਰ ਮਿਲੀਆਂ ਵਾ, ਭੁਪਿੰਦਰ ਸਿੰਘ ਨਾਂ ਦੇ ਉਮੀਦਵਾਰ ਆ, ਕਾਂਗਰਸ ਦੀ ਉਹਨਾਂ ਨੂੰ ਕੁਝ ਇੱਕ ਵਰਗ ਦੀ ਸਪੋਰਟ ਸੀ ਉਹਨਾਂ ਨੂੰ, ਲੇਕਿਨ ਬਾਕੀ ਜਿਹੜੇ ਉਮੀਦਵਾਰ ਆ ਸਾਰੀਆਂ 1.5-2 ਹਜ਼ਾਰ ਵੋਟਾਂ ਮਿਲੀਆਂ, ਬਹੁਤ ਘੱਟ ਵੋਟਾਂ ਮਿਲੀਆਂ। ਸੁਮੇਲ ਸਿੰਘ ਸਿੱਧੂ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਕੁਝ ਵੋਟਾਂ ਮਿਲ ਜਾਣਗੀਆਂ, ਲੇਕਿਨ ਉਹਨਾਂ ਨੂੰ ਵੀ ਬਹੁਤ ਘੱਟ ਵੋਟਾਂ ਮਿਲੀਆਂ। ਸੋ ਇਸ ਕਰਕੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਆ ਉਹ ਪੈਦਾ ਕਰਨ ਦੀ ਇੱਕ ਸਖ਼ਤ ਲੋੜ ਆ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਦੇ ਆ। ਹੈਲੋ। ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਲਵਿੰਦਰ ਸਿੰਘ ਢਿੱਲੋਂ ਬੋਲਦਾ ਜੀ, ਸਟੇਸ਼ਨ ਏਰੀਆ ਹਾਇਆ ਤੋਂ ਜੀ। ਹਾਂਜੀ ਹਾਂਜੀ ਢਿੱਲੋਂ ਸਾਹਿਬ, ਦੱਸੋ ਕੀ ਵਿਚਾਰ ਨੇ, ਅਸੀਂ ਖਡੂਰ ਸਾਹਿਬ ਜ਼ਿਮਨੀ ਚੋਣ ਦੀ ਗੱਲ ਕਰ ਰਹੇ ਹਾਂ। ਹਾਂਜੀ ਸਿੱਧੂ ਸਾਹਿਬ, ਬਹੁਤ ਵਧੀਆ ਸ਼ੋਅ ਲੈ ਕੇ ਆਓ। ਪਹਿਲਾਂ ਤਾਂ ਮੇਰਾ ਜੀ ਡੈਮੋਕ੍ਰੇਸੀ ਬਾਰੇ ਵਿਚਾਰ ਆ ਜੀ, ਜਦੋਂ ਡੈਮੋਕ੍ਰੇਸੀ 'ਚ ਆਪਾਂ ਰਹਿੰਦੇ ਆਪਾਂ ਚੋਣ ਦਾ ਵਾਇਕਾਟ ਕਿਹੜੇ ਬੇਸ 'ਤੇ ਕਰਦੇ ਆ ਜੀ? ਜੀ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਆ, ਬੰਦੇ ਨੇ ਇੱਕ ਨੇ ਜਿੱਤਣਾ ਤੇ ਬੱਚੇ ਨੇ ਹਾਰਨਾ। ਮੈਂ ਬੜੇ ਲੋਕਾਂ ਦੇ ਵਿਚਾਰ ਸੁਣੇ ਜੀ, ਇਹ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ, ਜਦੋਂ ਆਪਾਂ ਡੈਮੋਕ੍ਰੇਸੀ 'ਚ ਰਹਿੰਦੇ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ।
ਉਹਦੇ 'ਚ ਟੰਡਨ ਸਾਹਿਬ ਸਿਰਫ ਇੱਕੋ ਹੀ ਪ੍ਰੋਬਲਮ ਸੀਗੀ ਵੀ ਹੁਣ ਜਿਹੜੀਆਂ ਮੇਨ ਇਲੈਕਸ਼ਨਸ ਆ ਵਿਧਾਨ ਸਭਾ ਚੋਣਾਂ ਵਾ ਉਹਦੇ ਸਿਰਫ ਸਾਲ ਕੁ ਰਹਿ ਗਿਆ ਵਾ, ਸਾਲ ਤੋਂ ਵੀ ਹੁਣ ਘੱਟ ਰਹਿ ਗਿਆ। ਸੋ ਉਹਦੇ ਮੱਦੇਨਜ਼ਰ ਡੈਮੋਕ੍ਰੇਸੀ 'ਚ ਰਹਿੰਦੇ ਆ ਨਾ, ਉਹ ਤਾਂ ਇਲੈਕਸ਼ਨ ਕਮਿਸ਼ਨ ਦੀ ਜੋਬ ਆ ਨਾ, ਅਗਲੇ ਨੇ ਇਲੈਕਸ਼ਨ ਕਮਿਸ਼ਨ ਨੇ ਡਿਕਲੇਅਰ ਕੀਤੀ ਆਪਣਾ ਫਰਜ਼ ਵਾ, ਪਰ ਇਲੈਕਸ਼ਨ ਲੜਨੀ ਪੈਣੀ ਚਾਹੀਦੀ, ਇਲੈਕਸ਼ਨ ਲੜਨੀ ਚਾਹੀਦੀ ਸੀ, ਇਹ ਭਾਈ ਸਾਹਿਬ ਦਾ ਖਿਆਲ ਆ। ਇਨਫੈਕਟ ਇਲੈਕਸ਼ਨ ਨਾ ਲੈ, ਦੇਖੋ 1 ਲੱਖ ਆਲਮੋਸਟ 10,000 ਵੋਟਰ ਨੇ ਵੋਟ ਪੋਲ ਕੀਤੀ ਆ ਜੀ, ਤੇ ਆਪਾਂ ਇਹਦੀ ਉਹਨਾਂ ਦੀ ਇਹਦਾ ਮਤਲਬ ਇਨਸਲਟ ਹੀ ਕਰ ਰਹੇ ਆ ਨਾ ਬਾਈਕਾਟ ਕਰਕੇ ਜੀ। ਇਹ ਬੜਾ ਇਨਫੈਕਟ ਅਹਿਮ ਵਿਚਾਰ ਭਾਈ ਸਾਹਿਬ ਨੇ ਰੱਖਿਆ ਵਾ ਕਿ ਜੇ ਸਿਸਟਮ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹਦੇ 'ਤੇ ਸਾਰਿਆਂ ਨੂੰ ਇਤਬਾਰ ਆ, ਕੌਨਫੀਡੈਂਸ ਆ, ਜੇ ਉਹਨਾਂ ਨੇ ਇਲੈਕਸ਼ਨ ਡਿਕਲੇਅਰ ਕਰਤੀ ਆ, ਤਾਂ ਕਿਸੇ ਨੂੰ ਇਹ ਇਲੈਕਸ਼ਨ ਬਾਈਕਾਟ ਨਹੀਂ ਕਰਨੀ ਚਾਹੀਦੀ ਸੀ। ਆਮ ਆਦਮੀ ਪਾਰਟੀ ਨੂੰ ਵੀ, ਕਾਂਗਰਸ ਨੂੰ ਵੀ ਇਹ ਚੋਣ ਜਿੱਤਣੀ ਚਾਹੀਦੀ ਸੀ, ਮੈਂ ਤਾਂ ਇੱਥੇ ਵੀ ਲੜਨੀ ਚਾਹੀਦੀ ਸੀ। ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇੱਥੇ ਪਹਿਲਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਜਿਹੜੀ ਆਪਣੀ ਸੀਟ ਛੱਡੀ ਆ, ਉਹ ਵੀ ਛੱਡਣ ਦਾ ਕੋਈ ਮਾਇਨਾ ਨਹੀਂ ਸੀ। ਇਨਫੈਕਟ ਕੋਈ ਲੋੜ ਨਹੀਂ ਸੀ ਉਸ ਸੀਟ ਛੱਡਣ ਦੀ ਵੀ, ਕਿਉਂਕਿ ਆਫਟਰਆਲ ਇਹ ਕਾਂਗਰਸ ਕੋਲ ਇੱਕ ਸੀਟ ਆਲਰੇਡੀ ਸੀ ਹੈ, ਔਰ ਉਹਨਾਂ ਨੇ ਸੀਟ ਇੱਕ ਤਰੀਕੇ ਨਾਲ ਛੱਡ ਕੇ ਅਕਾਲੀ ਦਲ ਨੂੰ ਆਪਣੀ ਸੀਟ ਜਿਹੜੀ ਆ ਉਹ ਦਿੱਤੀ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਦੂਜੀ ਗੱਲ ਤੁਸੀਂ ਅਵੇਅਰ ਭਾਈ ਸਾਹਿਬ, ਇੱਕ ਮਿੰਟ, ਆਪਣਾ ਨਾਂ ਦੱਸੋ, ਕੌਣ ਬੋਲ ਰਹੇ? ਸੁੱਖ ਬਨਵਾਲ, ਸਨੋਚੇ, ਕੈਲੀਫੋਰਨੀਆ ਤੋਂ ਬੋਲਦਾ ਜੀ। ਹਾਂਜੀ ਹਾਂਜੀ, ਮੈਂ ਹੁਣੇ ਆ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਇਆ ਉੱਥੇ। ਹਾਂਜੀ ਹਾਂਜੀ ਭਾਈ ਸਾਹਿਬ। ਤੇ ਦੂਜੀ ਗੱਲ ਅਵੇਅਰਨੈਸ ਦੀ ਤੁਸੀਂ ਗੱਲ ਕਰਦੇ ਅਕਾਲੀ ਦਲ ਦੇ, ਜਿਹੜੇ ਅਕਾਲੀ ਕੈਪਸ਼ਨ ਅਕਾਲੀ ਸੀਗੇ ਉਹ ਸਾਰੇ ਬਰਖ ਲਾ ਪਿਆ ਉਹਨਾਂ ਦੇ। ਸਾਡਾ ਤਾਂ ਇੱਕ ਬਜ਼ੁਰਗ ਮਰ ਗਿਆ ਵਿਚਾਰਾ, ਕਹਿੰਦਾ ਸਾਨੂੰ ਤਾਂ ਇੰਨਾ ਮੂਰਖ ਬਣਾਇਆ ਇਸ ਬੰਦੇ ਨੇ, ਬਾਦਲ ਨੇ ਵੀ ਦਿਲ ਛੱਡ। ਨਹੀਂ ਮੈਂ ਪੂਰੀ ਗੱਲ ਸਮਝਿਆ ਨਹੀਂ ਤੁਹਾਡੀ, ਦੁਬਾਰਾ। ਅਕਾਲੀ ਦਲ ਨੇ ਜਿਹੜੇ ਆਪਣੇ ਬੰਦੇ ਆ ਉਹ ਮਤਲਬ ਉਹਦੇ ਨਾਲ ਰਹਿਣ ਨੂੰ ਤਿਆਰ ਨਹੀਂ ਹੈਗੇ। ਤੁਸੀਂ ਇਹ ਮਤਲਬ ਉੱਥੇ ਜਾ ਕੇ ਘਰਾਂ ਘਰ ਦੇ ਵਿੱਚ ਦੇਖੋ, ਜਿਹੜੇ ਸਿਆਣੇ ਬਜ਼ੁਰਗ ਆ ਉਹ ਬਹੁਤ ਗਾਲਾਂ ਕੱਢਦੇ ਆ, ਬਹੁਤ ਇਹਨੂੰ ਪੰਜਾਬ ਦੇ ਬਾਰੇ ਇਹਦੀਆਂ ਨੀਤੀਆਂ ਜਿਹੜੀਆਂ ਸੀਗੀਆਂ ਉਹਨੂੰ ਬਹੁਤ ਸਰਕਾਰਦੇ ਆ। ਓਕੇ ਤੁਸੀਂ ਹੁਣੇ ਇੰਡੀਆ ਹੋ ਕੇ ਗਏ ਭਾਈ ਸਾਹਿਬ? ਹਾਂਜੀ ਹਾਂਜੀ, ਮੈਂ ਤੁਹਾਡਾ ਕੰਟੈਕਟ, ਮੈਨੂੰ ਪਤਾ ਲੱਗਾ ਟ੍ਰਿਬਿਊਨ ਦੇ ਲਾਗੇ ਦਫ਼ਤਰ ਹੈਗਾ ਪਰ ਕੰਟੈਕਟ ਨਹੀਂ ਹੋਇਆ। ਓਕੇ, ਇੱਥੇ ਕਿੱਥੇ ਆਉਂਦੇ ਤੁਸੀਂ ਜਦੋਂ ਆਉਂਦੇ ਜੇ ਪੰਜਾਬ 'ਚ? ਹੁਸ਼ਿਆਰਪੁਰ ਡਿਸਟ੍ਰਿਕਟ ਜੀ। ਹੁਸ਼ਿਆਰਪੁਰ ਡਿਸਟ੍ਰਿਕਟ, ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ। ਸਾਡਾ ਦਫ਼ਤਰ ਜਿਹੜਾ ਵਾ ਟ੍ਰਿਬਿਊਨ ਦੇ ਲਾਗੇ ਨਹੀਂ, ਸਾਡਾ ਦਫ਼ਤਰ ਦੈਨਿਕ ਭਾਸਕਰ ਬਿਲਡਿੰਗ ਦੇ ਵਿੱਚ ਆ, 25 ਸੈਕਟਰ ਦੇ ਵਿੱਚ, ਚੰਡੀਗੜ੍ਹ ਦੀ 25 ਸੈਕਟਰ ਦੇ ਵਿੱਚ। ਜਦੋਂ ਦੁਬਾਰਾ ਆਏ ਤਾਂ ਜ਼ਰੂਰ ਦਫ਼ਤਰ ਆਇਓ, ਬਹੁਤ ਖੁਸ਼ੀ ਹੋਊਗੀ ਤੁਹਾਨੂੰ ਮਿਲ ਕੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰਪਾਲ ਸਿੰਘ ਬੋਲਾਂ ਜੀ, ਕੈਲਗਰੀ ਤੋਂ। ਹਾਂਜੀ ਹਾਂਜੀ ਭਾਈ ਸਾਹਿਬ, ਦੱਸੋ ਕੀ ਵਿਚਾਰ ਨੇ? ਹਾਂਜੀ, ਪਹਿਲੀ ਗੱਲ ਸੀ ਜੀ, ਇਹ ਜੋ ਇਹਨਾਂ ਨੇ ਰਿਜ਼ਾਈਨ ਕੀਤਾ ਕਾਂਗਰਸ ਦੇ ਰਮਨਦੀਪ ਸਿੰਘ ਚਿੱਕੀ ਨੇ, ਤੇ ਮੇਰੇ ਖਿਆਲ ਤੇ ਕਰਨਾ ਨਹੀਂ ਸੀ ਚਾਹੀਦਾ ਜੀ, ਜੀ ਇਹਦੇ ਉਹਨਾਂ ਨੇ ਗਲਤ ਕੀਤਾ ਜੀ। ਦੂਸਰੀ ਜਿਹੜਾ ਆਪਣਾ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਬਾਈਕਾਟ ਕੀਤਾ, ਮੇਰੇ ਖਿਆਲ ਨਾਲ ਇਹਨਾਂ ਨੇ ਠੀਕ ਕੀਤਾ, ਕਿਉਂਕਿ ਇਲੈਕਸ਼ਨ ਅਕਾਲੀ ਦਲ ਨੇ ਜੋ ਮੋਗੇ ਇਲੈਕਸ਼ਨ ਕੀਤਾ ਜਾਂ ਤਲਵੰਡੀ ਸਾਹਿਬ ਇਲੈਕਸ਼ਨ ਕੀਤਾ, ਜਿੱਦਾਂ ਮਤਲਬ ਓਫੀਸ਼ੀਅਲ ਮਸ਼ੀਨਰੀ ਦਾ ਮਿਸਯੂਜ ਕੀਤਾ, ਤੇ ਕੋਈ ਉਮੀਦ ਵੀ ਨਹੀਂ ਸੀਗੀ, ਤੇ ਉੱਥੇ ਪਤਾ ਸੀ ਕਿਹਨਾਂ ਜਿੱਤਣਾ ਹੈ ਆਪਣਾ। ਤੇ ਕਿਉਂਕਿ ਤੁਸੀਂ ਦੇਖੋ ਜੀ, 12 ਵਜੇ ਤੱਕ ਜਿਹੜੀ ਪੋਲਿੰਗ ਪਰਸਨ ਸੀਗੀ ਉਹ 16% ਸੀਗੀ ਜੀ, ਤੇ ਉਸ ਤੋਂ ਬਾਅਦ
ਇਕਦਮ ਹੀ 4 ਵਜੇ ਜਾਂ 5 ਵਜੇ ਤੱਕ 58% ਹੋ ਗਈ ਹੈ। ਪਰ ਜੋ ਲੋਕੀ ਉੱਥੇ ਦੱਸਦੇ ਨੇ ਕਿ ਮਤਲਬ ਇਹ ਹੱਥ ਫੜ ਫੜ ਕੇ ਆਪ ਵੋਟਾਂ ਪਾਈਆਂ ਇਹਨਾਂ ਨੇ ਉੱਥੇ ਜਸਟ ਟੂ ਇਨਕਰੀਜ਼, ਤੇ ਇਹ ਕੋਈ ਇਲੈਕਸ਼ਨ ਨਹੀਂ, ਇਹ ਤਾਂ ਜਸਟ ਆਪਣਾ ਮਰਡਰ ਆਫ ਡੈਮੋਕ੍ਰੇਸੀ ਹੈ ਜੀ ਜੋ ਹੋ ਰਿਹਾ ਪੰਜਾਬ 'ਚ। ਮਿਹਰਬਾਨੀ, 3-4 ਪੁਆਇੰਟ ਬੜੇ ਇੰਟਰਸਟਿੰਗ ਰੇਜ਼ ਕੀਤੇ। ਪਹਿਲਾਂ ਤਾਂ ਕਾਂਗਰਸ ਨੂੰ ਇਸ ਸੀਟ ਤੋਂ ਰਿਜ਼ਾਈਨ ਕਰਨ ਦੀ ਲੋੜ ਨਹੀਂ ਸੀ ਕਾਂਗਰਸ ਦੇ ਉਮੀਦਵਾਰ ਨੂੰ। ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵਾ ਕਿ ਸ਼ਾਇਦ ਰਿਗਿੰਗ ਵੀ ਹੋਈ ਹੋਊਗੀ ਕਿਉਂਕਿ ਪਹਿਲਾਂ ਚੋਣਾਂ ਵੋਟਿੰਗ ਬਹੁਤ ਘੱਟ ਹੋਈ ਸੀ ਔਰ ਸਡਨਲੀ ਸ਼ਾਮ ਨੂੰ ਵੋਟਿੰਗ ਕਾਫੀ ਹੋ ਗਈ। ਵੈਸੇ ਨੋਰਮਲੀ ਵੋਟਿੰਗ ਜਿਹੜੀ ਆ ਉਹ ਦੁਪਹਿਰ ਤੋਂ ਬਾਅਦ ਹੀ ਜ਼ਿਆਦਾ ਪੱਕਦੀ ਆ, ਸੋ ਇਹ ਕੋਈ ਬਹੁਤੀ ਹੈਰਾਨਗੀ ਦੀ ਗੱਲ ਨਹੀਂ ਹੈ। ਤੁਸੀਂ ਕਹਿ ਰਹੇ ਜੇ ਕਿ ਚੋਣਾਂ ਦਾ ਬਾਈਕਆਟ ਕਰਨਾ ਸਹੀ ਸੀ, ਚਲੋ ਆਪਾਂ ਜੇ ਮੰਨੀਏ ਵੀ ਸਹੀ ਸੀ, ਫਿਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀਗਾ ਵੀ ਅਸੀਂ ਇਸ ਵਜ੍ਹਾ ਕਰਕੇ ਚੋਣਾਂ ਦਾ ਬਾਈਕਆਟ ਕੀਤਾ। ਮੇਰੇ ਖਿਆਲ ਉਹ ਜਾਗਰੂਕਤਾ ਵੀ ਲੋਕਾਂ ਦੇ ਵਿੱਚ ਨਹੀਂ ਲਿਆਂਦੀ ਗਈ ਔਰ ਇਸੇ ਕਰਕੇ ਕਿਉਂਕਿ ਬਾਕੀ ਕੋਈ ਉਮੀਦਵਾਰ ਹੈ ਨਹੀਂ ਸੀ, ਸੋ ਬਹੁਤ ਸਾਰੀ ਵੋਟ ਜਿਹੜੀ ਆ ਜਿਹੜੇ ਉਮੀਦਵਾਰ ਸੀਗਾ ਅਕਾਲੀ ਦਲ ਦਾ ਉਹਨੂੰ ਕਾਫੀ ਵੋਟ ਪੈ ਗਈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਦੇ। ਹੈਲੋ, ਹਾਂਜੀ ਵਾਹਿਗੁਰੂ ਜੀ। ਹਾਂਜੀ ਹਾਂਜੀ ਭਾਈ ਸਾਹਿਬ। ਹਾਂਜੀ ਸੰਧੂ ਸਾਹਿਬ ਜੀ, ਮੈਂ ਕੁਲਦੀਪ ਸਿੰਘ ਸੇਖੋਂ ਐਲਸਵਰਡ ਤੋਂ ਬੋਲਦਾ ਜੀ। ਹਾਂਜੀ ਹਾਂਜੀ ਸੇਖੋਂ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਨੇ ਤੁਹਾਡੇ। ਬੇਨਤੀ ਹੈ ਜੀ ਇੱਕ ਤਾਂ ਪਹਿਲਾਂ ਸਾਨੂੰ ਅਤੇ ਕਾਲਰਾਂ ਨੂੰ ਘਰੇ ਘਰੇ ਸਤਿ ਸ਼੍ਰੀ ਅਕਾਲ ਬੁਲਾਉਣੇ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੇਖੋਂ ਸਾਹਿਬ, ਦੱਸੋ ਤੁਹਾਨੂੰ ਕੀ ਲੱਗਦਾ ਵੀ ਜ਼ਿਮਨੀ ਚੋਣ ਜਿਹੜੀ ਅਕਾਲੀ ਦਲ ਨੇ ਜਿੱਤੀ ਹੈ ਇਹਦੇ ਨਾਲ ਅਕਾਲੀ ਦਲ ਨੂੰ ਨਵੀਂ ਤਾਕਤ ਮਿਲੂਗੀ? ਹਾਂਜੀ, ਜਿਹੜੀ ਜ਼ਿਮਨੀ ਚੋਣ ਅਕਾਲੀ ਦਲ ਨੇ ਜਿੱਤੀ ਆ ਇਹਦੇ ਨਾਲ ਪਾਰਟੀ ਨੂੰ ਅਕਾਲੀ ਦਲ ਨੂੰ ਇੱਕ ਨਵੀਂ ਤਾਕਤ ਮਿਲੂਗੀ? ਤਾਕਤ ਨਹੀਂ ਮਿਲੂਗੀ, ਬੇਤਾਕਤ ਮਿਲੂਗੀ, ਕਿਉਂਕਿ ਇਹਨਾਂ ਨੇ ਜੋ ਉੱਥੇ ਕੀਤਾ ਨਾ, ਬਿੱਟੂ ਨੇ ਵੀ ਦੱਸਿਆ ਤੇ ਹੋਰ ਜਿਹੜਾ ਕੀਤਾ ਸਾਡੇ ਬੰਦੇ ਵੀ ਦੱਸਦੇ ਆ ਫੋਨਾਂ ਤੇ ਵੀ ਜੋ ਉੱਥੇ ਹੋਇਆ ਉਹ ਅੱਗੇ ਨਾਲੋਂ ਵੀ ਵੱਧ ਹੋਇਆ ਜੀ। ਉੱਥੇ 35-36% ਵੋਟਾਂ ਸਹੀ ਪਈਆਂ, ਬਾਕੀ ਇਹਨਾਂ ਨੇ ਜਿੱਥੇ ਇਹਨਾਂ ਦੇ ਪੋਲਿੰਗ ਏਜੰਟ ਨਹੀਂ ਪਾ ਸਕੇ ਇਹ ਜਿਹੜੇ 6 ਉਮੀਦਵਾਰ ਸੀਗੇ, ਜਦੋਂ ਪੋਲਿੰਗ ਏਜੰਟ ਹੈ ਨਹੀਂ, ਸੰਧੂ ਸਾਹਿਬ ਤੁਸੀਂ ਸਿਆਣੇ ਆ, ਅਸੀਂ ਵੀ ਉੱਥੇ ਮੈਂ ਵਾਪਸ ਪੈਂਚ ਰਿਹਾ, ਅਸੀਂ ਵੀ ਕਰਦੇ ਰਹੇ ਸਾਰਾ ਕੁਛ, ਵੀ ਜਦੋਂ ਪੋਲਿੰਗ ਏਜੰਟ ਹੈ ਨਹੀਂ ਤਾਂ ਕੁਛ ਹੋ ਸਕਦਾ? ਉੱਥੇ ਸਰਕਾਰ ਦਾ ਡੰਡਾ ਸੀਗਾ, ਪੋਲਿੰਗ ਏਜੰਟ ਹੈ ਨਹੀਂ ਸੀਗੇ, ਇਹਨਾਂ ਨੇ ਨਾਲੇ ਤਾਂ ਵੋਟਾਂ ਆਪ ਨੂੰ ਪਵਾਈਆਂ ਨਾਲੇ ਪਰਸੈਂਟੇਜ ਵਧਾਈ ਹੈ, ਇਸ ਕਰਕੇ ਦਾਅਵੇ ਨਾਲ ਕਹਿੰਦੇ ਜੇ ਨਹੀਂ ਵਧਾਈ ਬ੍ਰਹਮਪੁਰਾ ਆਪ, ਬ੍ਰਹਮਪੁਰਾ ਦਾ ਮੁੰਡਾ ਜਾਂ ਉਹਦੇ ਲੀਡਰ ਜਾਂ ਬਾਦਲ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਆਪਦੇ ਸਿਰ ਤੇ ਹੱਥ ਰੱਖ ਕੇ ਟੀਵੀ ਤੇ ਕਹਿ ਦੇਵੇ ਵੀ ਅਸੀਂ ਵੋਟਾਂ ਕੋਈ ਵੋਟ ਦੀ ਗੱਲ ਨਹੀਂ ਕੀਤੀ, ਅਸੀਂ ਸਾਰਾ ਕੁਛ ਛੱਡ ਕੇ ਕ੍ਰਿਕਟਾ ਛੱਡ ਦਿਆਂਗੇ। ਹੋਰ ਦੱਸੋ, ਮਿਹਰਬਾਨੀ ਇਹਦਾ ਚੰਗੇ ਭਾਈ ਨੂੰ ਲਾਈਨ ਚੱਕ ਕੇ, ਜਦੋਂ ਬੰਦਾ ਹੀ ਕੋਈ ਨੀ, ਆਮ ਪਾਰਟੀ ਨੇ ਤਾਂ ਜਿਹੜਾ ਕਾਂਗਰਸ ਨੇ ਵਧੀਆ ਕੀਤਾ ਜੀ, ਉਹਨੇ ਆਪਦਾ ਵਕਾਰ ਨਹੀਂ ਗੁਆਇਆ, ਇਹਨਾਂ ਨੇ ਵਕਾਰ ਉਹਦਾ ਗੁਆ ਸੀ, ਹੁਣ ਇਹ ਆਪ ਹੀ ਖੜੇ ਸੀ ਤੇ ਆਪ ਹੀ ਜਿੱਤ ਗਏ, ਫੇਰਾ ਫੇਰੀ ਕਰ ਲੈਣ ਕੁਛ ਕਰ ਲੈਣ, ਧੰਨਵਾਦ ਤੁਹਾਡਾ। ਮਿਹਰਬਾਨੀ ਮਿਹਰਬਾਨੀ ਸੇਖੋਂ ਸਾਹਿਬ ਦਾ ਖਿਆਲ ਹੈ ਕਿ ਹੋ ਸਕਦਾ ਵਾ ਉੱਥੇ ਕਾਫੀ ਧਾਂਦਲੇਬਾਜ਼ੀ ਹੋਈ ਹੋਵੇ ਔਰ ਇਸ ਕਰਕੇ ਇੰਨੀਆਂ ਵੋਟਾਂ ਇਹਨਾਂ ਨੂੰ ਮਿਲ ਗਈਆਂ, ਇੰਨੀਆਂ ਵੋਟਾਂ ਦੇ ਨਾਲ ਇਹ ਜਿੱਤ ਗਏ ਆ, ਪਰ ਇਹਦੀ ਇਸ ਚੀਜ਼ ਦੀ ਹਾਲੇ ਕੋਈ ਆਪਣੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ ਕਿ ਇਹੋ ਜਿਹੀ ਧਾਂਦਲੇਬਾਜ਼ੀ ਹੋਈ ਆ। ਕੁਝ ਲੋਕ ਜ਼ਰੂਰ ਕਹਿ ਰਹੇ ਆ ਕਿ ਅਸਲੀ ਵੋਟਾਂ ਜਿਹੜੀਆਂ ਵਾ ਅਕਾਲੀ ਦਲ ਨੂੰ ਸਿਰਫ 35-36% ਹੀ ਪਈਆਂ ਵਾ, ਬਾਕੀ ਜਿਹੜੀਆਂ ਵੋਟਾਂ ਕਿਉਂਕਿ ਉਹ ਬਾਕੀਆਂ ਪਾਰਟੀਆਂ ਦੇ ਪੋਲਿੰਗ ਏਜੰਟ ਹੀ ਹੈ ਨਹੀਂ ਸੀ, ਸੋ ਉੱਥੇ ਰੋਕਣ ਵਾਲਾ ਹੀ ਕੋਈ ਨਹੀਂ ਸੀ, ਪਰ ਸਰਕਾਰੀ ਅਧਿਕਾਰੀ ਤਾਂ ਸੀਗੇ ਹੀ, ਸੋ ਇਸ ਕਰਕੇ ਇਹਦੇ ਬਾਰੇ ਕਹਿਣਾ ਕਾਫੀ ਮੁਸ਼ਕਲ ਹੋਊਗਾ। ਮੇਰਾ ਨਹੀਂ ਖਿਆਲ ਕੋਈ ਇਹੋ ਜਿਹੀ ਗੱਲ ਦੀ ਕਿਸੇ ਨੇ ਜਾਂਚ ਕਰਨੀ ਆ, ਸੋ ਇਸ ਵੇਲੇ ਅਤੇ ਜੋ ਸਾਹਮਣੇ ਆ ਰਿਹਾ ਵਾ ਇਹੋ ਹੀ ਆ ਕਿ ਅਕਾਲੀ ਦਲ ਦੀ ਜਿਹੜੀ ਜਿੱਤ ਆ ਉਹ ਕਾਫੀ ਸ਼ਾਨਦਾਰ ਜਿੱਤ ਆ। ਇਹੋ ਜਿਹੀ ਜਿੱਤ ਜਿਹੜੀ ਆ 2017 ਚੋਣਾਂ 'ਚ ਵੀ ਹੋ ਸਕਦੀ ਆ ਅਕਾਲੀ ਦਲ ਦੀ ਕਿ ਨਹੀਂ, ਇਹ ਆਪਾਂ ਮਸਲਾ ਵਿਚਾਰ ਰਹੇ ਹਾਂ। ਬਹੁਤ ਸਾਰੇ ਲੋਕਾਂ ਦਾ ਖਿਆਲ ਆ ਕਿ ਇਹਦਾ ਨਾਲ ਕਾਂਗਰਸ ਨੂੰ ਵਿਰੋਧੀ ਧਿਰਾਂ ਨੂੰ ਨੁਕਸਾਨ ਜ਼ਰੂਰ ਹੋਇਆ ਵਾ, ਲੇਕਿਨ 2017 ਚੋਣਾਂ ਜਿਹੜੀਆਂ ਵਾ ਬਿਲਕੁਲ ਵੱਖਰੀਆਂ ਹੀ ਚੋਣਾਂ ਹੋਣਗੀਆਂ, ਅਕਾਲੀ ਦਲ ਉੱਥੇ ਇਹੋ ਜਿਹੀ ਜਿੱਤ ਦੀ ਉਮੀਦ ਨਹੀਂ ਕਰ ਸਕਦਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਰੀ ਤੋਂ ਬੋਲਦੀ ਹਾਂ, ਮੇਰਾ ਨਾਮ ਰਣਜੀਤ ਹੈ ਜੀ। ਹਾਂਜੀ ਹਾਂਜੀ ਰਣਜੀਤ ਜੀ, ਦੱਸੋ ਕੀ ਵਿਚਾਰ ਹੈ ਤੁਹਾਡਾ, ਅਸੀਂ ਜ਼ਿਮਨੀ ਚੋਣ ਦੀ ਗੱਲ ਕਰ ਰਹੇ ਹਾਂ।
ਹਾਂਜੀ, ਮੈਨੂੰ ਤੇ ਮੈਨੂੰ ਬਹੁਤਾ ਤੇ ਨੌਲੇਜ ਹੈ ਨਹੀਂ ਗੀ, ਪਰ ਮੈਂ ਇਹ ਸੋਚਦੀ ਆ ਵੀ ਖੰਡੂਰ ਸਾਹਿਬ ਦੇ ਲੋਕ ਹੀ ਸਾਰਿਆਂ ਤੋਂ ਵੱਧ ਰੌਲਾ ਪਾਉਂਦੇ ਸੀਗੇ ਵੀ ਬਾਦਲ ਐ ਕਰਦੇ ਆ, ਬਾਦਲ ਇਹ ਕਰਦੇ ਆ, ਤੇ ਇਹੀ ਲੋਕ ਨੇ ਜਿਹੜੇ ਵੀ ਲਾਈਨਾਂ ਲਾ ਲਾ ਕੇ ਖੜ ਕੇ ਸਾਰਿਆਂ ਨੇ ਵੋਟਾਂ ਪਾਈਆਂ ਨੇ ਜਬਰਦਸਤ, ਤਾਂ ਕੋਈ ਵੋਟਾਂ ਕਿਸੇ ਨੂੰ ਪਵਾ ਹੀ ਨਹੀਂ ਸਕਦਾ ਜੀ। ਹੋ ਸਕਦਾ ਉਹਨਾਂ ਨੇ ਡਰਾ ਧਮਕਾ ਇੰਨਾ ਵੀ ਕੀ ਡਰਾ ਕੇ ਉਹਨਾਂ ਨੇ ਵੋਟਾਂ ਪਾਈਆਂ, ਭੱਜ ਜਾਂਦੇ ਉੱਥੋਂ ਕਿਤੇ ਬਾਹਰ ਚਲ ਜਾਂਦੇ 2 ਦਿਨਾਂ ਲਈ ਜੀ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡੇ NRI ਵਾਲੇ ਲੋਕਾਂ ਦਾ ਇੰਨਾ ਜ਼ੋਰ ਲੱਗਿਆ ਹੋਇਆ ਆ ਕਿੰਨਾ ਸਮਝਾਉਣ ਨੂੰ, ਪਰ ਇਹਨਾਂ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਅਸੀਂ ਤਾਂ ਜਿੱਦਾਂ ਪਾਗਲ ਹੀ ਹੁੰਦੇ ਆ ਜੀ। ਤੇ ਹਾਂਜੀ ਰਣਜੀਤ ਜੀ, ਕੁਝ ਹੋਰ ਵੀ ਕਹਿਣਾ? ਹਾਂਜੀ, ਮੈਨੂੰ ਤਾਂ ਇਹ ਲੱਗਦਾ ਵੀ 2017 ਦੇ ਵਿੱਚ ਵੀ ਮੈਨੂੰ ਤਾਂ ਲੱਗਦਾ ਨੀ ਵੀ ਲੋਕਾਂ ਨੇ ਫਿਰ ਇੱਧਰ ਨੂੰ ਹੀ ਹੋ ਜਾਣਾ ਆ, ਮੈਨੂੰ ਤਾਂ ਕੋਈ ਲੱਗਦਾ ਨੀ ਵੀ ਹੁਣ ਬਾਦਲ ਕਿਸੇ ਪਾਸੇ ਹਾਰਨਗੇ। ਮਿਹਰਬਾਨੀ ਮਿਹਰਬਾਨੀ ਰਣਜੀਤ ਕੌਰ ਹੁਣਾਂ ਦਾ ਖਿਆਲ ਆ ਕਿ ਜੋ ਹੋਇਆ ਵਾ ਇਹਦੇ ਇਹ ਚਿੰਤਾ ਦੀ ਗੱਲ ਆ। ਇਨਫੈਕਟ ਇਹਦਾ ਮਤਲਬ ਇਹ ਆ ਕਿ ਲੋਕ ਕਹਿੰਦੇ ਕੁਛ ਹੋ ਰਿਹਾ ਔਰ ਕਰਦੇ ਕੁਛ ਹੋ ਰਿਹਾ, ਔਰ ਜੇ ਇੱਥੇ ਇੰਨੀਆਂ ਵੋਟਾਂ ਪੈ ਗਈਆਂ ਤਾਂ 2017 ਦੇ ਵਿੱਚ ਵੀ ਅਕਾਲੀ ਦਲ ਨੂੰ ਵੋਟਾਂ ਪੈ ਸਕਦੀਆਂ ਵਾ, ਇਹ ਇੱਕ ਚਿੰਤਾ ਦਾ ਵਿਸ਼ਾ ਵਾ। ਇਨਫੈਕਟ ਵਿਰੋਧੀ ਧਿਰਾਂ ਨੂੰ ਡੈਫੀਨੇਟਲੀ ਸੋਚਣ ਦੀ ਲੋੜ ਪਊਗੀ ਕਿ ਕੋਈ ਨਾ ਕੋਈ ਢੰਗ ਤਰੀਕਾ ਕੀ ਵਰਤਿਆ ਜਾਵੇ ਕਿ ਜੇ ਪੰਜਾਬ ਦੇ ਵਿੱਚ ਚੇਂਜ ਲਿਆਉਣੀ ਆ ਤਾਂ ਉਹ ਕਿਸ ਤਰ੍ਹਾਂ ਲਿਆਂਦੀ ਜਾ ਸਕੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਜ਼ਿਮਨੀ ਚੋਣ ਦੇ ਨਤੀਜੇ ਦਾ ਕੀ ਦ੍ਰਿਸ਼ਟੀਕੋਣ ਰੱਖਦੇ ਆ। ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੇ ਜੀ, ਕੌਣ ਬੋਲ ਰਹੇ? ਮੈਂ ਸੰਪੂਰਨ ਸਿੰਘ ਬੋਲ ਰਿਹਾ ਜੀ। ਕੌਣ ਬੋਲ ਰਹੇ ਜੀ? ਸੰਪੂਰਨ ਸਿੰਘ। ਸੰਪੂਰਨ ਸਿੰਘ ਜੀ ਕਿੱਥੋਂ ਬੋਲ ਰਹੇ ਤੁਸੀਂ? ਨਿਊਯਾਰਕ ਤੋਂ। ਹਾਂਜੀ ਸੰਪੂਰਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜਿਹੜੀ ਜਿੱਤ ਆ ਇਹ ਸਹੀ ਜਿੱਤ ਆ ਔਰ ਇਹਦਾ ਅਸਰ 2017 ਤੇ ਵੀ ਪਊਗਾ? ਇਹ ਜਿਹੜੀ ਜਿੱਤ ਬਿਲਕੁਲ ਨਜਾਇਜ਼ ਜਿੱਤ ਹੋਈ ਹੈ। ਓਕੇ, ਇਹ ਜੇ ਪੰਜਾਬ ਚ ਰੌਲਾ ਪੈਂਦਾ ਇੰਨਾ ਪੈਂਦਾ, ਐਕ ਹੋ ਗਿਆ ਹੋ ਗਿਆ, ਫਿਰ ਮਰ ਗਿਆ ਕਾਂਗਰਸੀ, ਮਰ ਗਿਆ ਕਿਸਾਨ, ਮਰ ਗਿਆ ਹੋ ਗਿਆ, ਇਹ ਵੋਟ ਪਾਉਂਦੇ ਨੇ, ਫਿਰ ਗਲਤ ਗੱਲ ਕਰਦੇ, ਫਿਰ ਇਹ ਵੋਟਾਂ ਕਿਉਂ ਪਈਆਂ ਇੰਨੀਆਂ? ਫਿਰ ਇਹ ਖਡੂਰ ਸਾਹਿਬ ਦੇ ਜਿੰਨੇ ਲੋਕ ਸੀ ਸਾਰੇ ਰੌਲਾ ਪਾਉਂਦੇ ਸੀ ਪਹਿਲਾਂ ਇੱਦਾਂ ਕਰਾਂਗੇ ਇੱਦਾਂ ਕਰਾਂਗੇ, ਤੇ ਹੁਣ ਵੋਟ ਕਿਉਂ ਪਾਈ ਫਿਰ ਇਹਨਾਂ ਨੇ? ਸੋ ਤੁਹਾਨੂੰ ਕੀ ਲੱਗਦਾ ਕਿਉਂ ਪਾਈਆਂ ਵੋਟਾਂ? ਹਾਂ ਕਿਉਂ ਪਾਈਆਂ, ਬਸ ਤੁਹਾਨੂੰ ਕੀ ਲੱਗਦਾ ਵਾ ਕਿਉਂ ਪਾਈਆਂ ਨੇ? ਮੈਂ ਕਹਾਂਗਾ ਕਿਉਂ ਪਾਈਆਂ ਵੋਟਾਂ ਇਹਨਾਂ ਨੇ, ਕਿਉਂ ਇਹ ਇੰਨੀ ਤੰਗੀ ਕੱਟ ਕੇ ਵੀ ਕੋਈ ਟੀਚਰ ਹੁੰਦਾ ਪਿਆ, ਕੋਈ ਇਸ ਤਰ੍ਹਾਂ ਕੋਈ ਹੁੰਦਾ, ਕਿਸਾਨ ਹੁੰਦੇ ਨੇ ਪਏ, ਸਰ ਹੁੰਦੇ ਨੇ ਪਏ, ਆਹ ਕਰ ਦਾਂਗੇ ਇਹ ਕਰ ਦਾਂਗੇ, ਮੁੜ ਕੇ ਵੋਟਾਂ ਕਿਉਂ ਪਈਆਂ ਫਿਰ ਅਕਾਲੀਆਂ ਨੂੰ? ਮਿਹਰਬਾਨੀ ਮਿਹਰਬਾਨੀ, ਸੰਪੂਰਨ ਸਿੰਘ ਦਾ ਵੀ ਇਹੋ ਹੀ ਖਿਆਲ ਆ ਔਰ ਸਾਰੇ ਲੋਕ, ਕੁਝ ਲੋਕ ਜਿਹੜੇ NRI ਆ ਉਹ ਕਾਫੀ ਹੈਰਾਨ ਆ, ਪਰੇਸ਼ਾਨ ਆ ਔਰ ਇਹ ਪੁੱਛ ਰਹੇ ਆ ਵੀ ਇੰਨੀਆਂ ਗੱਲਾਂ ਲੋਕ ਕਰਦੇ ਸੀ ਪਰ ਇੰਨੀਆਂ ਵੋਟਾਂ ਕਿਉਂ ਪਈਆਂ? ਮੁੱਖ ਕਾਰਨ ਤਾਂ ਹੁਣ ਸਾਹਮਣੇ ਹੀ ਆ ਕਿ ਕਿਉਂਕਿ ਵਿਰੋਧੀ ਧਿਰ ਨੇ ਇਹ ਕੋਈ ਇਲੈਕਸ਼ਨ ਨਹੀਂ ਲੜੀ, ਉਹਨਾਂ ਦਾ ਕੋਈ ਚੰਗਾ ਉਮੀਦਵਾਰ ਉੱਥੇ ਕੋਈ ਚੋਣ ਮੈਦਾਨ ਦੇ ਵਿੱਚ ਨਹੀਂ ਸੀ, ਸੋ ਲੋਕਾਂ ਕੋਲ ਕੋਈ ਆਪਸ਼ਨ ਹੀ ਹੋਰ ਕੋਈ ਨਹੀਂ ਸੀ, ਜਾਂ ਤਾਂ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਂਦੇ ਜਾਂ ਵੋਟ ਪਾਉਂਦੇ ਹੀ ਨਾ, ਵੋਟਾਂ ਚੰਗੀਆਂ ਪਈਆਂ ਵਾ, ਸੋ ਇਸ ਕਰਕੇ ਇਹ ਡੈਫੀਨੇਟਲੀ ਇੱਕ ਅਚੀਵਮੈਂਟ ਆ ਅਕਾਲੀ ਭਾਜਪਾ ਗੱਠਜੋੜ ਵਾਸਤੇ, ਇਹ ਮੰਨਣਾ ਪਊਗਾ ਔਰ ਇਹਦਾ ਵੇਖਣਾ ਇਹ ਹੋਊਗਾ ਕਿ ਇਹਦਾ ਹੁਣ 2017 ਚੋਣਾਂ 'ਤੇ ਕੀ ਅਸਰ ਪਵੇਗਾ। ਦੇਖਦੇ ਹਾਂ ਸਾਡੇ ਅਗਲੇ ਜਿਹੜੇ ਦਰਸ਼ਕ ਆ ਉਹ ਇਸ ਮਸਲੇ 'ਤੇ ਕੀ ਨਜ਼ਰੀਆ ਰੱਖਦੇ। ਹੈਲੋ 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 ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਗੁਰਫਤਿਹ। ਹਾਂਜੀ ਤੇਜਪ੍ਰੀਤ। ਹਾਂਜੀ ਅੰਕਲ ਜੀ, ਮੈਂ ਇਹੀ ਗੱਲ ਕਹਿਣੀ ਸੀਗੀ ਕਿ ਤੁਸੀਂ ਲਾਈਕ ਮੈਂ ਇਸ ਦੇ ਬਾਰੇ ਨਹੀਂ, ਮੈਂ ਉਸ ਜਨਰਲੀ ਕਹਿਣੀ ਹੈ ਜੇ ਤੁਸੀਂ ਵੋਟ ਪਾਉਣੀ ਹੈ, ਇਫ ਯੂ ਡੋਨਟ ਲਾਈਕ ਸਮਵਨ ਇਨ ਦਾ ਮਾਰਨਿੰਗ ਬਟ ਯੂ ਲਾਈਕ ਦੇਮ ਇਨ ਦਾ ਆਫਟਰਨੂਨ, ਇਹ ਕੋਈ ਹੈਗਾ ਨਹੀਂ ਵੀ ਇਹ ਅਨੇ ਤੁਹਾਡੀ ਕੋਈ ਚੇਂਜ ਨਹੀਂ ਹੋ ਜਾਂਦੀ, ਤੁਹਾਡੇ ਕਿਹੜੇ ਵਿਊਜ਼ ਹੈਗੇ ਆ, ਦੇਰ ਮਸਟ ਬੀ ਸਮਥਿੰਗ, ਆਈਦਰ ਯੂ ਵਰ ਲਾਇੰਗ ਇਨ ਦਾ ਮਾਰਨਿੰਗ ਔਰ ਲਾਇੰਗ ਇਨ ਦਾ ਆਫਟਰਨੂਨ, ਸਮਥਿੰਗ ਕਾਜ਼ਡ ਯੂ ਟੂ ਸੇ ਯੂ ਡੋਨਟ ਲਾਈਕ ਦੇਮ, ਔਰ
or something caused you to say that you didn't like them. Main anni gal kehni hai, koi vote hai, tusi vote karde ho, tusi karde ho vote vi jo saadi power hai, apni public di power hai, oh dikhan vaste vi haan ji saade kol kuch power hai, vi thode kol power ho sake, vi saade India vich ki hunda hai, assi kiddan de government officials elect karne hai, par je tusi apni power nu edda hi use kar sakde, je tusi koi nahi voter kide vi candidates nahi change lagde, utthe ik button hunda vi oh tusi press kar do vi haan ji main sanu kis koi nahi candidates press change lagge. ਤੇ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਯੂ ਕੈਨ ਬੀ ਸਵੇਡ ਇਟਸ ਯੂਰ ਪਾਵਰ ਜੇ ਤੁਸੀਂ ਵੋਟ ਕਿਸੇ ਨੂੰ ਕਰੋਗੇ ਉਹਦੇ ਨਾਲ ਤੁਹਾਡਾ ਕੋਈ ਤੁਹਾਡੇ ਨਾਲ ਕੁਛ ਹੋਣੇ ਨਹੀਂ ਵਾਲਾ ਕੋਈ ਨਾ ਮਾੜਾ ਹੋਣੇ ਵਾਲਾ ਨਾ ਕੋਈ ਚੰਗਾ ਹੋਣੇ ਵਾਲਾ ਤੁਹਾਡਾ ਬਟ ਜੇ ਤੁਸੀਂ ਆਪ ਵੋਟ ਕਰੋਗੇ ਕਿਉਂਕਿ ਤੁਹਾਨੂੰ ਲੱਗਦਾ ਹਾਂ ਇਹ ਵਧੀਆ ਫਿਰ ਉਹਦੇ ਵਿੱਚ ਤੁਹਾਡੀ ਅਪਲਾਈ ਹੈ ਮਿਹਰਬਾਨੀ ਮਿਹਰਬਾਨੀ ਤੇਜਪ੍ਰੀਤ ਬਿਲਕੁਲ ਸਹੀ ਆ ਕਿ ਨੋਟਾ ਦੀ ਆਪਸ਼ਨ ਸੀ ਨਨ ਆਫ ਦੀ ਅਬਵ ਲੇਕਿਨ ਉਹ ਆਪਸ਼ਨ ਬਹੁਤੇ ਲੋਕਾਂ ਨੇ ਨਹੀਂ ਇਸਤੇਮਾਲ ਕੀਤੀ ਮਾਫ਼ ਕਰਨਾ ਸੋ ਇਸ ਕਰਕੇ ਇਹਦੇ ਬਾਰੇ ਸ਼ਾਇਦ ਬਹੁਤੀ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹਾਂਜੀ ਸੰਧੂ ਸਾਹਿਬ ਜਿੱਥੋਂ ਤੱਕ ਕੌਣ ਬੋਲ ਰਹੇ ਜੀ ਕੌਣ ਬੋਲ ਰਹੇ ਮੈਂ ਜਸਵਿੰਦਰ ਬੋਲ ਰਿਹਾ ਨਿਊਯਾਰਕ ਤੋਂ ਹਾਂਜੀ ਜਸਵਿੰਦਰ ਜੀ ਸੰਖੇਪ ਦੇ ਵਿੱਚ ਹਾਂਜੀ ਇਹੀ ਫਰਕ ਆ ਕਿ ਹਜੇ ਸਾਡਾ ਜਿਹੜਾ ਵੋਟਰ ਹੈ ਨਾ ਪੰਜਾਬ ਦਾ ਉਹ ਇੰਨਾ ਸੂਝਵਾਨ ਨਹੀਂ ਹੋਇਆ ਦਿੱਲੀ ਦੀ ਪਬਲਿਕ ਵਾਂਗੂ ਸੋ ਇਟ ਟੇਕਸ ਟਾਈਮ ਹਜੇ ਅਸੀਂ ਇੰਨੇ ਐਜੂਕੇਟਡ ਨਹੀਂ ਜਿਵੇਂ ਦਿੱਲੀ ਦੇ ਲੋਕ ਹੋ ਗਏ ਆ ਉਹਨਾਂ ਨੇ ਸਾਰਾ ਕੁਛ ਚੇਂਜ ਕਰ ਲਿਆ ਸਾਨੂੰ ਟਾਈਮ ਲੱਗੂਗਾ ਸੋ ਅਸੀਂ ਇੰਨੇ ਐਜੂਕੇਟਡ ਨਹੀਂ ਮੈਂ ਤਾਂ ਇਹੀ ਕਹੂੰਗਾ ਜੀ ਮਿਹਰਬਾਨੀ ਮਿਹਰਬਾਨੀ ਸਾਨੂੰ ਵੋਟਰਸ ਨੂੰ ਪੰਜਾਬ ਦੇ ਵੋਟਰਸ ਨੂੰ ਉਹਨਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਆ 2017 ਚੋਣਾਂ ਵਾਸਤੇ ਹੁਣ ਪੰਜਾਬ 'ਚ ਪੂਰੀ ਆਪਾਂ ਸਾਰਿਆਂ ਨੇ ਵੇਖਿਆ ਸਰਗਰਮੀ ਆ ਅਕਾਲੀ ਭਾਜਪਾ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਗੱਠ ਜਿਹੜੀ ਚੋਣ ਆ ਜਿਹੜੀ ਅਗਲੀ ਇਲੈਕਸ਼ਨ ਆ 2017 ਦੀ ਇਲੈਕਸ਼ਨ ਉਹ ਗੱਠਜੋੜ ਦੇ ਤਹਿਤ ਹੀ ਲੜਨਗੇ ਅੱਗੇ ਵਾਂਗੂ ਭਾਜਪਾ ਨੂੰ 23 ਸੀਟਾਂ ਮਿਲਣਗੀਆਂ ਜਿੱਥੋਂ ਆਪਣੇ ਉਮੀਦਵਾਰ ਜਿਹੜੇ ਆ ਇੰਡੀਪੈਂਡੈਂਟ ਉਮੀਦਵਾਰ ਭਾਜਪਾ ਜਿਹੜੇ ਆ ਉਹ ਆਪਣੇ ਵੋਟ ਆਪਣੇ ਚੋਣ ਨਿਸ਼ਾਨ 'ਤੇ ਉਮੀਦਵਾਰ ਖੜ੍ਹੇ ਕਰਨਗੇ ਬਾਕੀ ਸੀਟਾਂ 'ਤੇ ਅਕਾਲੀ ਦਲ ਉਮੀਦਵਾਰ ਖੜ੍ਹੇ ਕਰੂਗਾ ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਥਾਂ ਥਾਂ ਜਾ ਕੇ ਨੌਜਵਾਨਾਂ ਨੂੰ ਆਪਣੇ ਪੱਖ 'ਚ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਵੀ ਪੰਜਾਬ ਦਾ ਦੁਬਾਰਾ ਦੌਰਾ ਕਰ ਰਹੇ ਆ ਹੁਣ ਦੁਬਾਰਾ ਇੱਕ ਵਾਰੀ ਫਿਰ ਅਗਲੇ ਹਫ਼ਤੇ ਪੰਜਾਬ 'ਚ ਆ ਰਹੇ ਆ ਆਪ ਵੱਲੋਂ ਪੰਜਾਬ ਡਾਇਲੋਗ ਵੀ ਸ਼ੁਰੂ ਕੀਤਾ ਜਾ ਰਿਹਾ ਵਾ ਇਸ ਵਕਤ ਇੰਝ ਲੱਗ ਰਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਤਿੰਨ ਤਰਫਾ 3-sided ਤਿਕੋਣਾ ਮੁਕਾਬਲਾ ਜਿਹੜਾ ਵਾ ਉਹ ਹੋਵੇਗਾ ਹੁਣ ਸਮਾਂ ਖਤਮ ਹੋ ਰਿਹਾ ਕੱਲ੍ਹ ਆਪਾਂ ਗੱਲ ਕਰਾਂਗੇ ਦਿੱਲੀ 'ਚ ਆਮ ਆਦਮੀ ਪਾਰਟੀ ਵੱਲੋਂ ਆਪਣਾ ਪਹਿਲਾ ਸਾਲ ਪੂਰਾ ਕਰਨ ਬਾਰੇ ਆਪਣੇ ਚੋਣ ਮਨੋਰਥ ਪੱਤਰ ਜਿਹੜਾ ਚੋਣ ਮੈਨੀਫੈਸਟੋ ਹੁੰਦਾ ਵਾ ਉਹਦੇ ਪ੍ਰਤੀ ਆਪਦਾ ਪਹਿਲਾ ਸਾਲ ਕਿਹੋ ਜਿਹਾ ਰਿਹਾ ਇਹ ਆਪਾਂ ਮਸਲਾ ਜਿਹੜਾ ਵਾ ਇਹ ਕੱਲ੍ਹ ਵਿਚਾਰਾਂਗੇ ਅੱਜ ਇੰਨੇ ਹੀ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਾਫਿਜ਼